ਸਮਝ ਨਹੀਂ ਆ ਰਿਹਾ ਕਿੱਦਾਂ ਸਤਿ ਸ਼੍ਰੀ ਅਕਾਲ ਬੁਲਾਵਾਂਗੀ ਮਤਲਬ ਜੇ ਆਪਣੇ ਤੋਂ ਵੱਡੇ ਹੋਣ ਤਾਂ ਆਪਾਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਜੇ ਆਪਣੇ ਨਾਲ ਦੇ ਹੋਣ ਤਾਂ ਆਪਾਂ ਹੱਥ ਹੀ ਮਿਲਾਉਂਦੇ ਹਾਂ ਨਾ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਸਮਝ ਨਹੀਂ ਆ ਰਿਹਾ ਹੱਥ ਮਿਲਾਉਣਾ ਕਿੱਦਾਂ ਹੈ ਐਕਚੁਅਲੀ ਨਾ ਅੱਜ ਸਾਡੇ ਨਾਲ ਬਹੁਤ ਹੀ ਸਪੈਸ਼ਲ ਨੇ ਬਟ ਆਪਾਂ ਨੂੰ ਕੀ ਕਹਿ ਸਕਦੇ ਹਾਂ ਕਰੰਟ ਮੈਨ ਆਫ ਪੰਜਾਬ ਆਫ ਇੰਡਸਟਰੀ ਬਈ ਜੋ ਵੀ ਕਹਿ ਸਕਦੇ ਹਾਂ ਬੰਦਾ ਕਰੰਟ ਮਾਰਦਾ ਹੱਥ ਮਿਲਾਵਾਂ ਕਿ ਨਾ ਮਿਲਾਵਾਂ ਮਿਲਾ ਕੇ ਦੇਖਦੀ ਹਾਂ ਹੱਥ ਮਿਲਾ ਲਾਂ ਮਿਲਾ ਲਾਂ ਨਹੀਂ ਐਂ ਕਰੰਟ ਨਹੀਂ ਕੱਢਦਾ ਮੈਂ ਵੈਸੇ ਗਾਣੇ 'ਚ ਹੀ ਕਰੰਟ ਕੱਢਿਆ ਸੀ ਦੇਖ ਲਓ ਹੋਰ ਮੈਨੂੰ ਪਹਿਲੇ ਕਰੰਟ ਵੱਜੇ ਮੈਂ ਇੰਟਰਵਿਊ ਕਿਵੇਂ ਕਰੂੰਗੀ ਨਹੀਂ ਜੀ ਨਹੀਂ ਜੀ ਇੱਦਾਂ ਕਰੰਟ ਕੱਢਣ ਲੱਗ ਗਿਆ ਸਤਿ ਸ਼੍ਰੀ ਅਕਾਲ ਪੰਜਾਬ ਬਿਜਲੀ ਬੋਰਡ ਵਾਲਿਆਂ ਨੂੰ ਬੁਲਾ ਲੈਣ ਕਿਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਂਡ ਕਰੰਟ ਬਾਕੀ ਪੂਰੀ ਇੰਡਸਟਰੀ ਨੂੰ ਐਂਡ ਆਪਣੇ ਫੈਨਸ ਨੂੰ ਤੁਸੀਂ ਦੇ ਰਹੇ ਹੋ ਨਹੀਂ ਬਾਬਾ ਜੀ ਮੇਰੇ ਥੈਂਕ ਯੂ ਬਹੁਤ ਜ਼ਿਆਦਾ ਅੱਛਾ ਕਰ ਰਹੇ ਹੋ ਤੁਸੀਂ ਜੱਸੀ ਰੀਲੀ ਐਂਡ ਤੁਹਾਡੀ ਫਿਲਮ ਆ ਰਹੀ ਹੈ ਹੁਣ ਤਾਂ ਹਾਈ ਐਂਡ ਯਾਰੀਆਂ ਐਂਡ ਬਾਕੀ ਦੇ ਯਾਰ ਬਿਜ਼ੀ ਨੇ ਜੀ ਥੋੜੇ ਅੱਜ ਕੱਲ ਕਿਉਂਕਿ ਸੀਜ਼ਨ ਚੱਲ ਰਿਹਾ ਵਿਆਹਾਂ ਦਾ ਸਭ ਨੇ ਪਹਿਲਾਂ ਬੁਕਿੰਗ ਸੋ ਪੈਸਾ ਕਮਾਉਣਾ ਵੀ ਜ਼ਰੂਰੀ ਹੈ ਬਿਲਕੁਲ ਸਹੀ ਗੱਲ ਸੋ ਅਸੀਂ ਆਪਣੇ ਡੇਟਸ ਐਕਚੁਅਲੀ ਇਕੱਠੇ ਸਾਡੀ ਮੈਚ ਨਹੀਂ ਹੋ ਰਹੀਆਂ ਸੀਗੀਆਂ ਸੋ ਅਸੀਂ ਇੱਕ ਜਿਵੇਂ ਹੁਣ ਮੇਰੇ ਕੋਲ ਜਿਹੜੀਆਂ ਡੇਟਸ ਸੀਗੀਆਂ ਉਹ ਡੇਟਸ ਮੈਂ ਪ੍ਰਮੋਸ਼ਨ ਕਰ ਰਿਹਾ ਬਾਵਾ ਲੁਧਿਆਣੇ ਗਿਆ ਹੋਇਆ ਅੱਜ ਅਸੀਂ ਸਾਰਾ ਕਵਰ ਕਰ ਰਹੇ ਹਾਂ ਇਕੱਠੇ ਹਾਂ ਨਹੀਂ ਬਸ ਅਸੀਂ ਇੰਸਟਾ ਤੇ ਦੇਖਦੇ ਰਹਿੰਦੇ ਹਾਂ ਬੜਾ ਵਧੀਆ ਲੱਗਦਾ ਮੈਂ ਸੀਰੀਅਸਲੀ ਡਰ ਗਈ ਸੀ ਮੈਂ ਕਿਹਾ ਮੈਂ ਹੱਥ ਕਿਵੇਂ ਮਿਲਾਉਂਗੀ ਜੱਸੀ ਦੇ ਨਾਲ ਮੁੰਡਾ ਸੱਚੀ ਨਾਲ ਕਰੰਟ ਮਾਰ ਦੇ ਨਹੀਂ ਮੈਂ ਇਹ ਚੀਜ਼ਾਂ ਮੈਂ ਸਾਰੀਆਂ ਆਲਰੇਡੀ ਇੰਸਟਾਗ੍ਰਾਮ ਤੇ ਚੱਲ ਚੁੱਕਿਆ ਮੈਨੂੰ ਬਹੁਤ ਸਾਰੇ ਟ੍ਰੋਲ ਬਣੇ ਇਸ ਚੀਜ਼ ਤੇ ਹੈਨਾ ਕਿ ਹਾਂਜੀ ਜੱਸੀ ਗਿੱਲ ਕਰੰਟ ਕੱਢ ਰਿਹਾ ਅੱਜ ਕੱਲ ਉਹਨੂੰ ਬੁਲਾ ਲਓ ਬਿਜਲੀ ਨਹੀਂ ਆਉਂਦੀ ਤਾਂ ਉਹਨੂੰ ਬੁਲਾ ਲਓ ਕੱਟ ਲੱਗ ਰਹੇ ਨੇ ਤਾਂ ਉਹਨੂੰ ਬੁਲਾ ਲਓ ਸੋ ਇਹ ਚੀਜ਼ਾਂ ਮੇਰੇ ਨਾਲ ਹੋ ਚੁੱਕੀਆਂ ਨੇ ਬਹੁਤ ਰਾਈਟ ਵੈਸੇ ਵੀ ਪੰਜਾਬੀਆਂ ਨੂੰ ਤੇ ਬਹਾਨਾ ਚਾਹੀਦਾ ਹੁੰਦਾ ਹੈ ਨਾ ਹਾਂਜੀ ਹਾਂਜੀ ਵਧੀਆ ਐਂਟਰਟੇਨਮੈਂਟ ਲੋਕਾਂ ਦਾ ਅੱਜ ਦੇ ਟਾਈਮ ਸਟ੍ਰੈਸ ਹੈ ਨਾ ਕਿ ਅਗਰ ਕਿਸੇ ਇਹੋ ਜਿਹੀਆਂ ਗੱਲਾਂ ਤੇ ਉਹ ਖੁਸ਼ ਹੋ ਜਾਂਦੇ ਆ ਤਾਂ ਮੈਨੂੰ ਲੱਗਦਾ ਹੋਰ ਕੀ ਚਾਹੀਦਾ ਆਪਾਂ ਨੂੰ ਇਹ ਗਾਣਾ ਸੁਪਰ ਡੁਪਰ ਹਿੱਟ ਜਾ ਰਿਹਾ ਮੈਨੂੰ ਲੱਗਦਾ ਨਹੀਂ ਕਿ ਡੀਜੇ ਤੇ ਇਹ ਗਾਣਾ ਨਾ ਚੱਲਦਾ ਹੋਵੇ ਤੇ ਵਿਆਹ ਕੰਪਲੀਟ ਹੁੰਦਾ ਹੋਵੇ ਬਾਬਾ ਜੀ ਮੇਰਾ ਜੀ ਮੈਂ ਖੁਸ਼ ਕਿਸਮਤ ਆ ਕਿ ਮੇਰੀ ਕਿਸਮਤ ਚ ਐਵੇਂ ਦੇ ਗਾਣੇ ਆਏ ਚਾਹੇ ਉਹ ਲੈਂਸਰ ਸੀ ਚਾਹੇ ਬਾਪੂ ਜ਼ਿਮੀਦਾਰ ਸੀ ਚਾਹੇ ਹੁਣ ਨਿਕਲੇ ਕਰੰਟ ਹੋਇਆ ਸੋ ਐਵੇਂ ਦੇ ਗਾਣੇ ਖੁਦ ਨੂੰ ਜੋ ਤੁਸੀਂ ਮਿਹਨਤ ਕਰਦੇ ਹੋ ਗਾਣੇ ਬਣਾਉਣੇ ਕਿ ਮੈਂ ਜਦ ਗਾਣਾ ਬਣਾਉਣਾ ਮੇਰੇ ਵੱਲੋਂ ਤਾਂ ਮੈਂ ਹਰ ਗਾਣਾ ਐਸੀ ਟਰਾਈ ਕਰਕੇ ਬਣਾਉਣਾ ਕਿ ਉਹ ਹਿੱਟ ਹੋਵੇ ਜਾਂ ਮਤਲਬ ਸਭ ਨੂੰ ਪਸੰਦ ਆਵੇ ਪਰ ਕਈ ਗਾਣੇ ਐਵੇਂ ਦੇ ਹੁੰਦੇ ਜਿਹੜੇ ਕਿ ਇੱਕ ਜਿਵੇਂ ਕਹਿ ਲਓ ਕਿ ਥੋੜ੍ਹਾ ਇੱਦਾਂ ਹੋ ਜਾਂਦਾ ਕਿ ਥੋੜ੍ਹੇ ਨਾਮ ਨਾਮੇ ਜੁੜ ਜਾਂਦੇ ਵੀ ਕਿਤੇ ਵੀ ਉਹ ਗਾਣੇ ਦੀ ਗੱਲ ਹੁੰਦੀ ਹੈ ਤਾਂ ਪਤਾ ਲੱਗਦਾ ਉਸ ਬੰਦੇ ਦਾ ਗਾਣਾ ਸੋ ਮੈਂ ਖੁਸ਼ਕਿਸਮਤ ਹਾਂ ਕਿ ਨਿਕਲੇ ਕਰੰਟ ਉਹ ਗਾਣਾ ਬਣਿਆ ਤੇ ਥੋੜਾ ਜਿਹਾ ਕਰੰਟ ਤੇ ਨਿਕਲਣਾ ਹੀ ਚਾਹੀਦਾ ਹੈਨਾ ਦੋ ਕਲਾਈਨਾਂ ਹੋ ਜਾਂਦੀਆਂ ਹੋ ਜੁੱਤੀ ਥੱਲੇ ਰੱਖਦੀ ਆ ਮਿੱਤਰਾਂ ਦੇ ਦਿਲ ਨੂੰ ਲੱਗਦਾ ਏ ਜਾਣਦੀ ਨਹੀਂ ਹੱਲੇ ਜੱਸੀ ਗਿੱਲ ਨੂੰ ਮੈਂ ਦੱਸ ਕੀ ਐ ਲੈਣਾ ਸੁਣਿਆ ਤੇਰੇ ਫੈਨਸ ਦੀ ਲੰਮੀ ਜੀ ਕਤਾਰ ਤੋਂ ਨੀ ਤੱਕ ਤੱਕ ਤੈਨੂੰ ਗੋਰੀਏ ਓ ਨਿਕਲੇ ਕਰੰਟ ਤੇਰੇ ਯਾਰ ਚੋਂ ਮੈਂ ਉਹ ਨੀ ਕੁੜੀ ਜਿਹੜੀ ਮੰਨ ਜਾਊ ਸੋਹਣਿਆ ਬਲੈਕ ਤੇਰੀ ਕਾਰ ਤੋਂ ਜੁੱਤੀ ਥੱਲੇ ਰੱਖਦੀ ਆ ਮਿੱਤਰਾਂ ਦੇ ਦਿਲ ਨੂੰ ਲੱਗਦਾ ਏ ਜਾਣਦੀ ਹੱਲੇ ਜੱਸੀ ਗਿੱਲ ਨੂੰ ਵੈਰੀ ਨਾਈਸ ਗਾਣਾ ਇੰਨਾ ਸੋਹਣਾ ਹੈ ਜੱਸੀ ਮੈਨੂੰ ਲੱਗਦਾ ਕੁੜੀਆਂ ਮੁੰਡਿਆਂ ਨੇ ਦੋਨਿਆਂ ਨੇ ਰਚ ਕੇ ਪਸੰਦ ਕੀਤਾ ਇਸ ਗਾਣੇ ਨੂੰ ਕਿਉਂਕਿ ਉਹ ਇਹਦਾ ਪਲੱਸ ਪੁਆਇੰਟ ਇਹ ਵੀ ਸੀਗਾ ਕਿ ਨੇਹਾ ਨੇ ਬਹੁਤ ਸੋਹਣਾ ਗਾਇਆ ਨਾਲ ਸੋ ਜਵਾਬ ਸਵਾਲ ਸੀਗੇ ਜਿਹੜੇ ਕਿ ਗਾਣੇ ਦੇ ਵਿੱਚ ਨੇਹਾ ਕੱਕੜ ਆਪਣੀ ਗੱਲ ਕਰ ਰਹੀ ਸੀ ਮੈਂ ਆਪਣੀ ਗੱਲ ਕਰ ਰਿਹਾ ਸੀ ਬਹੁਤ ਸਹੀ ਕੈਮਿਸਟਰੀ ਹੈ ਅੱਛਾ ਕੈਮਿਸਟਰੀ ਤਾਂ ਤੁਹਾਡੇ ਤਿੰਨਾਂ ਯਾਰਾਂ ਦੀ ਵੀ ਬੜੀ ਵਧੀਆ ਜਾ ਰਹੀ ਹੈ ਫਿਲਮ ਦੇ ਵਿੱਚ ਕਮਿੰਗ ਬੈਕ ਟੂ ਦਾ ਬੇਸਿਕ ਸੋ ਅੱਛਾ ਫਿਲਮ ਦਾ ਆਈਡੀਆ ਜੱਸੀ ਕਿਵੇਂ ਬਣਿਆ ਔਰ ਕਿਵੇਂ ਡਿਸਾਈਡ ਹੋਇਆ ਕਿ ਹਾਂ ਤੁਸੀਂ ਤਿੰਨੋਂ ਹੀ ਸਕਰੀਨ ਸ਼ੇਅਰ ਨਹੀਂ ਬਹੁਤ ਦੇਰ ਤੋਂ ਸਪੀਡ ਰੈਕਰਡ ਦੀ ਮੈਨੂੰ ਲੱਗਦਾ ਬਹੁਤ ਦੇਰ ਬਾਅਦ ਪ੍ਰੋਡਿਊਸ ਕਰ ਰਹੇ ਨੇ ਅਤੇ ਪਿਟਾਰਾ ਦੀ ਪਹਿਲੀ ਫਿਲਮ ਹੈ ਸੋ ਜਦੋਂ ਅਸੀਂ ਬੈਠੇ ਸੀ ਬਹੁਤ ਦੇਰ ਤੋਂ ਗੱਲ ਚੱਲਦੀ ਸੀ ਕਿ ਫਿਲਮ ਕਰਨੀ ਹੈ ਸੋ ਪੰਕਜ ਭਾਜੀ ਨੇ ਮੈਨੂੰ ਅਪਰੋਚ ਕੀਤਾ ਅਤੇ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਉਹਨਾਂ ਦੀ ਬਾਬੇ ਨਾਲ ਗੱਲ ਹੋ ਚੁੱਕੀ ਸੀਗੀ ਅਤੇ ਪੰਕਜ ਭਾਜੀ ਨੇ ਮੈਨੂੰ ਦੱਸਿਆ ਕਿ ਇੱਕ ਦੋਸਤਾਂ ਦੀ ਸਟੋਰੀ ਆ ਅਤੇ ਜਦੋਂ ਮੈਨੂੰ ਸਕ੍ਰਿਪਟ ਸੁਣੀ ਤਾਂ ਮੈਨੂੰ ਲੱਗਿਆ ਕਿ ਥੋੜ੍ਹਾ ਵੀ ਕਿਉਂਕਿ ਯਾਰ ਅਣਮੁੱਲੇ ਫਿਲਮ ਆਈ ਸੀ ਇਸ ਤੋਂ ਪਹਿਲਾਂ ਬਹੁਤ ਦੇਰ ਪਹਿਲਾਂ ਜੋ ਦੋਸਤੀ 'ਤੇ ਸੀ ਉਸ ਤੋਂ ਬਾਅਦ ਮੈਨੂੰ ਲੱਗਦਾ ਕੋਈ ਪੰਜਾਬੀ ਇੰਡਸਟਰੀ 'ਚ 4-5 ਸਾਲਾਂ ਦਾ ਫਿਲਮ ਨਹੀਂ ਆਈ ਹੈਗੀ ਸੋ ਮੈਨੂੰ ਲੱਗਿਆ ਕਿ ਥੋੜ੍ਹਾ ਡਿਫਰੈਂਟ ਆ ਦੋਸਤੀ ਦੀ ਫਿਲਮ ਕਿਉਂਕਿ ਮੇਰੇ ਲਈ ਦੋਸਤੀ ਬਹੁਤ ਖਾਸ ਆ ਮੈਨੂੰ ਵੀ ਇੱਦਾਂ ਲੱਗਦਾ ਕਿਉਂਕਿ ਮੈਂ ਬਹੁਤ ਦੇਰ ਤੋਂ ਸੀ ਜਦ ਇੰਡਸਟਰੀ ਜਿੱਦੇ ਕੰਮ ਕਰ ਰਿਹਾ ਮੈਂ ਬੱਬਲ ਪ੍ਰਭ ਅਤੇ ਬਾਵਾ ਅਸੀਂ ਸਭ ਇਕੱਠੇ ਰਹਿੰਦੇ ਰਹੇ ਹਾਂ ਇੱਥੇ ਆਪਣੇ 79 ਦੇ ਵਿੱਚ ਹਾਰਡੀ ਖੈਰਾ ਮਨਿੰਦਰ ਬੁੱਟਰ ਸੋ ਇੱਕ ਥੋੜ੍ਹਾ ਇੱਕ ਅਟੈਚਮੈਂਟ ਹੁੰਦੀ ਹੈ ਦੋਸਤਾਂ ਨਾਲ ਸੋ ਜਦੋਂ ਮੈਨੂੰ ਪਤਾ ਲੱਗਿਆ ਬਾਵਾ ਫਿਲਮ ਦੇ ਵਿੱਚ ਅਤੇ ਫਿਰ ਮੈਨੂੰ ਐਂ ਵੀ ਲੱਗਿਆ ਵੀ ਇਸ ਤੋਂ ਪਹਿਲਾਂ ਅਸੀਂ 400 ਵੀ ਕੀਤੀ ਸੀ ਮੈਂ ਕਿਹਾ ਵੀ ਚਲੋ ਜੋ ਦੋਸਤੀ ਦੀ ਫਿਲਮ ਆ ਫਨ ਵੀ ਬਹੁਤ ਜ਼ਿਆਦਾ ਹੋ ਜੂਗਾ ਫਿਰ ਸਕ੍ਰਿਪਟ ਵੀ ਐਵੇਂ ਦੀ ਸੀਗੀ ਕਿ ਅਸੀਂ ਲੰਡਨ ਸ਼ੂਟ ਕਰਨਾ ਸੀਗਾ ਉਹ 'ਚ ਕਈ ਚੀਜ਼ਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਸਾਨੂੰ ਆਪਣੀਆਂ ਰੀਫਰੈਸ਼ ਹੁੰਦੀਆਂ ਸੀਗੀਆਂ ਅਸੀਂ ਆਹ ਕੁਛ ਕਰਦੇ ਰਹੇ ਇਕੱਠੇ ਰਹਿੰਦੇ ਹੁੰਦੇ ਸੀ ਸੋ ਐਵੇਂ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਸਕ੍ਰਿਪਟ ਦੇ ਵਿੱਚ ਜਦੋਂ ਮੈਨੂੰ ਪੰਕਜ ਭਾਜੀ ਨੇ ਸੁਣਾਈਆਂ ਅਤੇ ਮੈਨੂੰ ਲੱਗਿਆ ਮੈਨੂੰ ਕਰਨੀ ਚਾਹੀਦੀ ਹੈ ਜੱਸੀ ਤੁਹਾਡਾ ਬਹੁਤ ਜ਼ਿਆਦਾ ਪਿਆਰ ਹੈ ਬੱਬਲ ਦੇ ਨਾਲ ਅਸੀਂ ਦੇਖਦੇ ਰਹਿੰਦੇ ਸ਼ੋਅਸ 'ਤੇ ਵੀ ਤੁਸੀਂ ਦੋਨੋਂ ਇਕੱਠੇ ਰੌਣਕਾਂ ਲਾਉਂਦੇ ਹੋ ਇੱਕ ਗੱਲ ਦੱਸੋ ਜੁਆਇੰਟ ਅਕਾਊਂਟ ਹੈ ਤੁਹਾਡਾ ਕਾਹਦਾ ਜੀ
ਮਤਲਬ ਜਿਹੜੀ ਤੁਹਾਨੂੰ ਪੇਮੈਂਟ ਵਗੈਰਾ ਨਹੀਂ ਜੀ ਉਹ ਤਾਂ ਉਹਦੇ ਬਾਰੇ ਵੀ ਕੀ ਦੱਸਾਂ ਤੁਹਾਨੂੰ, ਵੈਸੇ ਜੁਆਇੰਟ ਹੈ ਨੀਗਾ ਪਰ ਇਹ ਮਿਲਣਾ ਹੈ ਨਾ ਆਪਾਂ ਸੋਚਦੇ ਆ ਵੀ ਰੌਣਕਾਂ ਇਕੱਠੀਆਂ ਲੱਗਦੀਆਂ ਨੇ, ਪੇਮੈਂਟ ਵੀ ਇਕੱਠੀ ਆਉਂਦੀ ਹੋਣੀ ਹੈ, ਪੇਮੈਂਟ ਇਕੱਠੀ ਆਉਂਦੀ ਹੈ, ਅੱਧੋ ਅੱਧ ਹੁੰਦਾ ਕੀ ਹਿਸਾਬ ਕਿਤਾਬ ਹੁੰਦਾ ਜਾਂ ਫਿਰ ਹੁਣ ਮੈਂ ਇੱਥੇ ਥੋੜਾ ਦੱਸੂਗਾ ਸਾਡੀ ਆਪਣੀ ਮਿਊਚੁਅਲ ਅੰਡਰਸਟੈਂਡਿੰਗ ਹੈ, ਚਾਹੇ ਅੱਧ ਅੱਧ ਕਰੀਏ ਚਾਹੇ ਉਹਨੂੰ ਮੈਂ ਪੂਰੀ ਰੱਖ ਲਵਾਂ, ਇੱਦਾਂ ਦੀ ਗੱਲਾਂ ਕੋਈ ਦੱਸਦਾ ਦੱਸਦਾ ਵੀ ਹੈ ਨਹੀਂ ਹੈ ਨਾ, ਪਰ ਹਾਂ ਸਾਡੀ 6-7 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਜੀ, ਬਾਬਾ ਜੀ ਮੇਰੇ ਨਾਲ ਸਾਡੀ ਵਧੀਆ ਅੰਡਰਸਟੈਂਡਿੰਗ ਆ, ਮੈਨੂੰ ਤੇ ਬੱਬਲ ਨੂੰ ਦੋਨਾਂ ਸਾਡਾ ਨੇਚਰ ਐਵੇਂ ਦਾ ਸੀ ਕਿ ਪੈਸੇ ਲਈ ਥੋੜਾ ਕੰਮ ਕਰੀਏ, ਸਾਨੂੰ ਇਦਾਂ ਹੁੰਦਾ ਕਿ ਸਾਨੂੰ ਆਪ ਨੂੰ ਮਜ਼ਾ ਆਉਣਾ ਚਾਹੀਦਾ, ਉਹ ਉਸ ਲਈ ਕੰਮ ਕਰਦੇ। ਅੱਛਾ ਇੱਕ ਤੁਸੀਂ ਗੱਲ ਕੀਤੀ ਸੀ ਵੀ ਤੁਸੀਂ ਵੱਖਰੇ ਵੱਖਰੇ ਡਿਫਰੈਂਟ ਡਿਫਰੈਂਟ ਕਿਰਦਾਰਾਂ ਦੀ ਹੈ ਨਾ, ਡਿਫਰੈਂਟ ਕਨਸੈਪਟਸ ਦੀ, ਸੋ ਕੁੜੀ ਬੜੇ ਵੀ ਬੜੇ ਸੋਹਣੇ ਲੱਗਦੇ ਵੈਸੇ ਜੱਸੀ ਤੁਸੀਂ, ਹੈ ਨਾ ਮੁੰਡੇ ਬਲੈਸਡ ਹੁੰਦੇ ਨੇ ਜਿਹੜੇ ਵਾਕਈ ਉਸ ਕਿਰਦਾਰ ਦੇ ਵਿੱਚ ਪੂਰੇ ਢੁੱਕਦੇ ਨੇ ਔਰ ਫਿਰ ਇੰਪ੍ਰੈਸ ਕਰਦੇ ਨੇ ਆਡੀਅੰਸ ਨੂੰ, ਸੋ ਕਿੰਨਾ ਕੁ ਡਿਫੀਕਲਟ ਹੁੰਦਾ ਵੈਸੇ ਕੁੜੀ ਦਾ ਕਿਰਦਾਰ ਨਿਭਾਉਣਾ ਔਰ ਫਿਰ ਉਸ ਤੋਂ ਬਾਹਰ ਨਿਕਲਣਾ? ਨਹੀਂ ਮੇਰੇ ਲਈ ਤਾਂ ਪਹਿਲਾਂ ਇਹ ਚੂਜ਼ ਕਰਨਾ ਹੀ ਬਹੁਤ ਮੁਸ਼ਕਿਲ ਸੀ ਕਿ ਮੈਂ ਕਰਾਂ ਕਿ ਨਾ ਕਰਾਂ, ਚੈਲੰਜਿੰਗ ਸੀ। ਹਾਂਜੀ ਬਹੁਤ ਜ਼ਿਆਦਾ ਕਿ ਬਟ ਮੈਨੂੰ ਲੱਗਿਆ ਸੀ ਕਿ ਆਪਣੇ ਇੱਕ ਪੰਜਾਬੀ ਜੀ ਬਹੁਤ ਗੱਲ ਕਹਿੰਦੇ ਆ ਕਿ ਜਦੋਂ ਨੱਚਣ ਲੱਗੀ ਤਾਂ ਘੁੰਡ ਗਾਦਾ, ਅਤੇ ਨੱਚਣੇ ਲੱਗ ਗਏ ਫਿਰ ਘੁੰਡ ਗਾਦੇ ਕੱਢਣਾ ਨਾ, ਸੋ ਮੇਰਾ ਕੰਮ ਆ ਹੁਣ ਐਕਟਿੰਗ, ਹੁਣ ਮੈਂ ਬਾਲੀਵੁੱਡ ਫਿਲਮਾਂ ਕਰ ਰਿਹਾ, ਮੈਂ ਪੰਜਾਬ 'ਚ ਵੀ ਫਿਲਮਾਂ ਕਰ ਰਿਹਾ, ਸੋ ਜਦੋਂ ਕੰਮ ਹੀ ਤੁਸੀਂ ਇਹ ਕਰ ਲਿਆ ਫਿਰ ਤੁਹਾਨੂੰ ਕੁਛ ਵੀ ਕਰਨਾ ਪੈ ਸਕਦਾ, ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਤਾਂ ਜੀ ਕੰਫਰਟੇਬਲ ਨਹੀਂ ਜੀ, ਮੈਂ ਆਹ ਨਹੀਂ ਕਰ ਸਕਦਾ, ਮੈਂ ਆਹ ਨਹੀਂ ਕਰ ਸਕਦਾ ਜੀ। ਇੱਕ ਰੀਜ਼ਨ ਇਹ ਸੀਗਾ, ਮੈਨੂੰ ਐਂ ਸੀਗਾ ਕਿ ਜੇ ਮੈਂ ਫਿਲਮ ਕਰੂੰਗਾ ਥੋੜ੍ਹਾ ਮੈਨੂੰ ਮੇਰਾ ਮਾਇੰਡ ਓਪਨ ਹੋਊਗਾ, ਮੈਨੂੰ ਪਤਾ ਲੱਗੂਗਾ ਮੈਂ ਕੀ ਕਰ ਸਕਦਾ, ਥੋੜ੍ਹਾ ਮੇਰੇ 'ਚ ਕੌਨਫੀਡੈਂਸ ਆਊਗਾ ਐਕਟਿੰਗ ਨੂੰ ਲੈ ਕੇ ਹੋਰ, ਤਾਂ ਕਿ ਅੱਗੇ ਮੈਨੂੰ ਹੋਰ ਜਦੋਂ ਮੈਂ ਬਾਲੀਵੁੱਡ 'ਚ ਕੰਮ ਕਰਨਾ ਸੋ ਮੈਂ ਹੋਰ ਖੁੱਲ੍ਹ ਕੇ ਕੰਮ ਕਰ ਸਕਾਂ, ਇੱਕ ਰੀਜ਼ਨ ਇਹ ਸੀਗਾ ਮੇਰਾ ਕਰਨ ਦਾ। ਦੂਜਾ ਮੈਨੂੰ ਇਹ ਸੀਗਾ ਕਿ ਆਪਣੇ ਪੰਜਾਬ 'ਚ ਖਾਸ ਕਰਕੇ ਇਹ ਹੈ ਕਿ ਜਿੰਨੀ ਚਿਰ ਤੁਹਾਨੂੰ ਕੁਛ ਤੁਹਾਡੇ ਤੋਂ ਅਲੱਗ ਨਾ ਦੇਖਣ ਲੋਕ, ਜਿਵੇਂ ਦੇ ਤੁਸੀਂ ਦੇਖਦੇ ਹੋ ਉਹ ਤੋਂ ਅਲੱਗ ਤੁਹਾਨੂੰ ਕੁਛ ਸਕਰੀਨ 'ਤੇ ਨਾ ਦੇਖਣ ਨੂੰ ਮਿਲੇ, ਉਹਨਾਂ ਨੂੰ ਲੱਗਦਾ ਕਿ ਇਹਨੂੰ ਐਕਟਿੰਗ ਨਹੀਂ ਆਉਂਦੀ, ਨਹੀਂ ਆਉਂਦੀ, ਸੋ ਮੇਰੇ ਦਿਮਾਗ 'ਚ ਬਹੁਤ ਦੇਰ ਤੁਸੀਂ ਕਿਹਾ ਕੁਛ ਮੈਂ ਐਵੇਂ ਦਾ ਕਰਾਂ ਜਿਹੜਾ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਕਿ ਮੈਂ ਇਹ ਕੰਮ ਕਰ ਸਕਦਾ ਜਾਂ ਮੈਂ ਇਹ 'ਤੇ ਮਿਹਨਤ ਕਰ ਰਿਹਾ, ਮੈਂ ਕਰਨਾ ਚਾਹੁੰਦਾ ਇਹ ਚੀਜ਼, ਜਾਂ ਮੈਂ ਮੇਰੇ ਅੰਦਰ ਹੈ ਜਾਂ ਮੈਂ ਸਿੱਖ ਰਿਹਾ ਹੈ, ਸੋ ਇਹ ਰੀਜ਼ਨ ਸੀਗਾ ਮੇਨ ਜਦੋਂ ਮੈਨੂੰ ਇਹ, ਫਿਰ ਮੈਂ ਸੋਚਿਆ ਕਿ ਕਰਦੇ ਹਾਂ, ਫਿਰ ਮੈਂ ਬੈਠ ਕੇ 2-3 ਦਿਨ ਲਾਏ ਅਤੇ ਫਿਰ ਮੈਂ ਇਹ ਸੋਚਿਆ ਕਿ ਕਰਨਾ ਚਾਹੀਦਾ ਮੈਨੂੰ, ਫਿਰ ਮੈਂ ਹਾਂ ਕੀਤੀ ਉਹਨਾਂ ਨੂੰ, ਪਰ ਮੈਨੂੰ ਉਸ ਟਾਈਮ ਵੀ ਬਹੁਤ ਡਰ ਲੱਗਿਆ ਸੀਗਾ ਪਤਾ ਨਹੀਂ, ਕਿਉਂਕਿ ਮੈਨੂੰ ਮਿਹਨਤ ਆ ਸੀ ਕਿ ਲੋਕ ਕੀ ਕਹਿਣਗੇ, ਪਹਿਲੀ ਗੱਲ ਇਹ ਸੀਗੀ, ਫਿਰ ਮੈਂ ਸੋਚਿਆ ਕਿ ਯਾਰ ਲੋਕਾਂ ਨੇ ਤਾਂ ਚਾਹੇ ਚੰਗਾ ਕਰੋ ਚਾਹੇ ਮਾੜਾ ਕਰੋ ਇਹ ਤਾਂ ਰਹਿਣਾ ਹੀ ਰਹਿਣਾ, ਮੈਂ ਇਹ ਦੇਖਣਾ ਕਿ ਮੈਂ ਆਪਣੀ ਜ਼ਿੰਦਗੀ 'ਚ ਕੀ ਕਰਨਾ, ਸੋ ਮੈਨੂੰ ਲੱਗਿਆ ਕਿ ਇਹ ਚੀਜ਼ ਮੈਨੂੰ ਮੇਰੇ ਐਕਟਿੰਗ ਦੀ ਫੀਲਡ ਦੇ ਵਿੱਚ ਮੈਨੂੰ ਵਧੀਆ ਐਕਸਪੀਰੀਅੰਸ ਦੇ ਸਕਦੀ ਆ, ਮੈਨੂੰ ਜਿਹਨੇ ਜਿਹੜਾ ਕੀਤਾ ਵੀ ਹੈ ਜਿਸ ਨੇ ਮੈਨੂੰ ਬਹੁਤ ਮੈਨੂੰ ਖੋਲ੍ਹਿਆ, ਮੇਰੇ 'ਚ ਕੌਨਫੀਡੈਂਸ ਆਇਆ ਬਹੁਤ ਚੀਜ਼ਾਂ ਦੇ ਵਿੱਚ, ਸੋ ਮੈਂ ਉਹ ਫਿਲਮ ਕੀਤੀ ਮਿਸਟਰ ਐਮ ਸੀ 400 ਵੀ, ਐਂਡ ਮੈਂ ਸਭ ਤੋਂ ਖੁਸ਼ ਮੈਨੂੰ ਇਸ ਚੀਜ਼ ਤੋਂ ਖੁਸ਼ੀ ਇਸ ਚੀਜ਼ ਦੀ ਹੋਈ ਕਿ ਜਦੋਂ ਜਿਹੜਾ ਵੀ ਫਿਲਮ ਦੇਖ ਕੇ ਨਿਕਲਦਾ ਸੀਗਾ ਮੈਂ ਸੁਣਦਾ ਸੀਗਾ ਅਤੇ ਉਹਦੇ ਵਿੱਚ ਜਦੋਂ ਪੁੱਛਦੇ ਸੀ ਉਹਨੂੰ ਐਕਟਿੰਗ ਕਿਹਦੀ ਵਜ੍ਹਾ ਲੱਗੀ ਤਾਂ ਉਹਦੇ ਵਿੱਚ ਜਦੋਂ ਮੇਰਾ ਨਾਮ ਆਉਂਦਾ ਸੀ ਮੈਨੂੰ ਇੱਕ ਖੁਸ਼ੀ ਹੁੰਦੀ ਸੀ ਆਪ ਕਿ ਮੈਂ ਜਿਸ ਕਰੈਕਟਰ ਦੇ ਲਈ ਮੈਂ ਮਿਹਨਤ ਕੀਤੀ ਜਿਹਦੇ ਲਈ ਮੈਂ ਇੰਨਾ ਕੁ ਜ਼ਿਆਦਾ ਡਰਿਆ ਹੋਇਆ ਸੀਗਾ, ਅੱਜ ਜਦੋਂ ਲੋਕ ਦੇਖ ਕੇ ਬਾਹਰ ਨਿਕਲ ਰਹੇ ਨੇ ਤਾਂ ਐਪਰੀਸ਼ੀਏਟ ਕਰ ਰਹੇ ਨੇ, ਸੋ ਮੈਂ ਬੜਾ ਉਸ ਦਿਨ ਬੜਾ ਖੁਸ਼ ਸੀ। ਐਪਰੀਸ਼ੀਏਟ ਤਾਂ ਬਹੁਤ ਜ਼ਿਆਦਾ ਤੁਹਾਨੂੰ ਕੀਤਾ ਸਾਰਿਆਂ ਨੇ, ਮੈਨੂੰ ਵੀ ਪਰਸਨਲੀ ਬਹੁਤ ਵਧੀਆ ਲੱਗਿਆ ਐਂਡ ਮੈਨੂੰ ਲੱਗਦਾ ਕਿ ਸਕਸੈਸ ਹੋ ਚੁੱਕੇ ਹੋ ਤੁਸੀਂ ਇਸ ਕੰਮ ਦੇ ਵਿੱਚ। ਅੱਛਾ ਦੱਸੀ ਗੱਲਾਂ ਤੇ ਬਹੁਤ ਸਾਰੀਆਂ ਕਰਨੀਆਂ ਨੇ ਪਰ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ ਜੀ, ਬਿਲਕੁਲ ਵਿਹਲਾ ਹੋ ਗਿਆ, ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆ ਫਿਰ ਬ੍ਰੇਕ ਤੋਂ ਬਾਅਦ। ਹਾਂਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਤੇ ਇਹ ਹੈ ਜੀ ਤੁਹਾਡਾ ਫੇਵਰੇਟ ਚਾਟ ਸ਼ੋਅ, ਨਾਮ ਹੈ ਜਿਸ ਦਾ PTC ਸ਼ੋਕੇਸ, ਤੇ ਅੱਜ ਸਾਡੇ ਨਾਲ ਨੇ ਵਨ ਐਂਡ ਓਨਲੀ ਜੱਸੀ ਗਿੱਲ। ਤੇ ਜੱਸੀ ਫਿਲਮ ਦੀ ਗੱਲ ਚੱਲ ਰਹੀ ਸੀ, ਫਿਲਮ ਦਾ ਟਰੈਕ ਬਹੁਤ ਜ਼ਿਆਦਾ ਚੱਲ ਰਿਹਾ ਸੀ ਰੱਬ, ਮੇਰਾ ਖੁਦ ਦਾ ਵੀ ਗਾਣਾ ਫਿਲਮ ਦੇ ਵਿੱਚ ਜਿਹੜਾ ਅਸੀਂ ਰਿਲੀਜ਼ ਕੀਤਾ ਸੀ, ਜਿਹੜਾ ਮੈਂ ਉਹ ਸੁਣਾ ਦਿੰਦਾ। ਮੇਰੇ ਦਿਲ ਨੂੰ ਹੋਣ ਲੱਗਿਆ ਏ ਕੀ ਨਹੀਂ ਪਤਾ, ਸਭ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਹੀਂ ਪਤਾ, ਉੱਠਦੇ ਬਹਿੰਦੇ ਜਾਗਦੇ ਸੌਂਦੇ ਕੋਈ ਖਾਪਾਂ ਵਾਲਾ ਮਹਿਲ ਬਣਾਈ ਜਾਂਦਾ। ਬਹੁਤ ਸੋਹਣਾ ਸੌਂਗ ਹੈ ਔਰ ਹੁਣ ਕੁਛ ਏਦਾਂ ਦੇ ਬੰਦੇ ਵੀ ਹੁੰਦੇ ਆ ਜਿਹੜੇ ਐਕਸਪ੍ਰੈਸ ਨਹੀਂ ਕਰ ਪਾਉਂਦੇ ਜਾਂ ਕਿਤੇ ਨਾ ਕਿਤੇ ਕਮਜ਼ੋਰ ਰਹਿ ਜਾਂਦੇ ਆ। ਹਾਂਜੀ ਮੇਰਾ ਗਾਣਾ ਮੈਂ ਪਿਛਲੀ ਸਰਗੀ ਫਿਲਮ ਸੀਗਾ ਜੀ, ਅੱਜ ਫਿਰ ਉਹੀ ਹੋਇਆ ਮੇਰੇ ਸਾਹਮਣੇ ਸੀ ਉਹ ਮੈਂ ਕਹਿਣ ਵਾਲਾ ਸੀ ਫੇਰ ਡਰ ਗਿਆ ਮੈਂ ਉਹਦਾ ਹਾਲ ਪੁੱਛ ਕੇ ਮੁੜਿਆ ਅੱਜ ਫੇਰ ਉਹੀ ਹੋਇਆ ਮੇਰੇ ਸਾਹਮਣੇ ਸੀ ਉਹ ਮੈਂ ਕਹਿਣ ਵਾਲਾ ਸੀ ਫੇਰ ਡਰ ਗਿਆ ਮੈਂ ਉਹਦਾ ਹਾਲ ਪੁੱਛ ਕੇ ਮੁੜਿਆ। ਸੋ ਮੈਂ ਗਾਣਾ ਵੀ ਕੀਤਾ ਸੀ ਇਹ ਇੱਕ, ਉਹਦੇ ਵਿੱਚ ਮੇਰਾ ਕਰੈਕਟਰ ਸੀ ਜੋ ਫਿਲਮ ਦੇ ਵਿੱਚ ਇਹੀ ਸੀ ਕਿ ਉਹ ਗੱਲ ਨਹੀਂ ਕਰ ਪਾਉਂਦਾ, ਕਹਿ ਨਹੀਂ ਪਾਉਂਦਾ, ਬਹੁਤ ਸਾਰੇ ਲੋਕ ਮੈਨੂੰ ਲੱਗਦਾ ਮੈਕਸੀਮਮ ਐਵੇਂ ਦੇ ਹੁੰਦੇ ਆ ਲੋਕ, ਮੁੰਡੇ
ਖਾਸ ਕਰਕੇ ਕਈ ਐਵੇਂ ਦੇ ਹੁੰਦੇ ਕਿ ਜਿਹੜੇ ਨਹੀਂ ਗੱਲ ਕਰ ਪਾਉਂਦੇ, ਪਰ ਮੈਨੂੰ ਲੱਗਦਾ ਉਹ ਵੀ ਇੱਕ ਤਰ੍ਹਾਂ ਦਾ ਨੇਚਰ ਆ। ਮੈਂ ਤਾਂ ਇਹ ਐਡਵਾਈਸ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਸੱਚੀ ਹੋ ਕਿਸੇ ਨੂੰ ਪਸੰਦ ਕਰਦੇ ਹੋ ਜਾਂ ਸੱਚੀ ਤੁਹਾਨੂੰ, ਹਾਂ ਟਾਈਮ ਪਾਸ ਵਾਲਾ ਨਹੀਂ, ਅਗਰ ਸੱਚੀ ਕਿਸੇ ਨੂੰ ਪਸੰਦ ਕਰਦੇ ਹੋ, ਅਗਰ ਤੁਸੀਂ ਕਹਿ ਦਿਓਗੇ ਜ਼ਿਆਦਾ ਬੈਟਰ ਆ, ਤੁਹਾਡੀ ਗੱਲ ਪਹੁੰਚਦੀ ਹੋ ਜੂਗੀ ਅਗਲੇ ਤੱਕ, ਬਾਕੀ ਡਿਸੀਜਨ ਅਗਲੇ ਬੰਦੇ ਦਾ। ਅੱਛਾ, ਜੱਸੀ ਨੇ ਕਦੀ ਕਿਹਾ ਕਿਸੇ ਨੂੰ ਦੂਰ ਰਹਿਣਾ, ਮੇਰੀ ਸਾਰੀ ਫੈਮਿਲੀ ਕੈਨੇਡਾ ਰਹਿੰਦੀ ਆ, ਸੋ ਮੈਂ ਰਹਿਣਾ ਇੰਡੀਆ। ਸੋ ਜਦੋਂ ਮੇਰੇ ਕੋਲ ਥੋੜਾ ਟਾਈਮ 10-15 ਦਿਨ ਫ੍ਰੀ ਮੈਨੂੰ ਹੁੰਦਾ, ਫਿਰ ਮੈਂ ਕੈਨੇਡਾ ਚਲੇ ਜਾਣਾ, ਜਾਂ ਫਿਰ ਅਗਰ ਇੰਨਾ ਟਾਈਮ ਨਹੀਂ ਹੁੰਦਾ ਤਾਂ ਮੈਨੂੰ ਹੁੰਦਾ ਮੈਂ ਆਪਣੇ ਘਰੇ ਰਹਾਂ। ਮੈਂ ਮੋਹਾਲੀ ਸ਼ਿਫਟ ਹੋਇਆ, ਹੁਣ ਮੈਂ ਮੋਹਾਲੀ ਰਹਿਣਾ। ਸੋ ਅਗਰ ਫਿਰ ਵੀ ਮੈਨੂੰ ਲੱਗਦਾ ਵੀ ਮੈਂ ਜ਼ਿਆਦਾ ਅਗਰ ਵਿਹਲਾ ਬੈਠਿਆ ਤਾਂ ਥੋੜ੍ਹਾ ਦਿਮਾਗ ਬਹੁਤ ਪਾਸੇ ਜਾਂਦਾ, ਫਿਰ ਮੈਨੂੰ ਲੱਗਦਾ ਕਿ ਮੈਂ ਸਟੂਡੀਓ ਚਲੇ ਜਾਵਾਂ, ਫਿਰ ਮੈਂ ਜ਼ਿਆਦਾ ਜ਼ਿਆਦਾ ਟਾਈਮ ਆਪਣਾ ਸਟੂਡੀਓ ਸਪੈਂਡ ਕਰਦਾ। ਮੈਨੂੰ ਉੱਦਾਂ ਦਾ ਕਿ ਮੈਂ ਨਵੇਂ ਨਵੇਂ ਰਾਈਟਰਸ ਨੂੰ ਮਿਲਾਂ, ਨਵੇਂ ਨਵੇਂ ਮਿਊਜ਼ਿਕ ਡਾਇਰੈਕਟਰਸ ਨਾਲ ਜਾ ਕੇ ਕੰਮ ਕਰਾਂ। ਅਤੇ ਲਿਖਦੇ ਤਾਂ ਤੁਸੀਂ ਵੀ ਬਹੁਤ? ਹਾਂਜੀ, ਮੈਂ ਥੋੜ੍ਹਾ ਬਹੁਤ ਲਿਖ ਲੈਣਾ, ਪਰ ਜਿਵੇਂ ਕਹਿ ਲਓ ਕਿ ਮੈਨੂੰ ਇੱਦਾਂ ਹੁੰਦਾ ਕਿ ਮੇਰੇ ਤੋਂ ਹੋਰ ਬਹੁਤ ਵਧੀਆ ਲੋਕ ਲਿਖਦੇ ਆ। ਮੈਂ ਰਾਈਟਰ ਇੰਨਾ ਵਧੀਆ ਨਹੀਂ, ਮੈਂ ਲਿਖ ਸਕਦਾ ਪਰ ਮੈਂ ਇੱਦਾਂ ਨਹੀਂ ਲਿਖ ਸਕਦਾ ਕਿ ਮੈਂ ਬੈਠਾ ਹੁਣ ਮੈਂ ਸੋਚ ਕੇ ਮੈਂ ਗਾਣਾ ਲਿਖਣਾ। ਮੇਰੇ ਮੂਡ 'ਤੇ ਅਗਰ ਮੈਨੂੰ ਕੁਛ ਵਧੀਆ ਚੀਜ਼ ਲੱਗੀ ਜਾਂ ਮੇਰੇ ਮਾਇੰਡ 'ਚ ਆ ਰਿਹਾ, ਫਿਰ ਮੈਂ ਲਿਖ ਲੈਂਦਾ। ਅੱਛਾ, ਦੱਸੀ ਸ਼ੁਰੂ ਤੋਂ ਹੀ ਇੱਦਾਂ ਦਿਓ, ਸਕੂਲ ਟਾਈਮ ਤੋਂ ਹੀ? ਹਾਂਜੀ, ਮੈਂ ਸਕੂਲ ਟਾਈਮ ਤੋਂ ਇੱਦਾਂ ਦੀ ਹਾਂ ਜੀ। ਮੈਂ ਮਤਲਬ ਉਸ ਟਾਈਮ ਵੀ ਮੈਨੂੰ ਇੱਦਾਂ ਹੁੰਦਾ ਸੀ ਕਿ ਹਾਂ ਕੁਛ ਕਰੂੰਗਾ, ਇੱਦਾਂ ਕਰੂੰਗਾ, ਵਿਹਲਾ ਨਹੀਂ ਬੈਠ ਸਕਦਾ ਕਦੇ ਵੀ, ਮੈਨੂੰ ਇੱਦਾਂ ਸੀ ਕੁਛ ਨਾ ਕੁਛ ਕਰਦੇ ਰਹੀਏ। ਅੱਛਾ, ਕੁਛ ਨਾ ਕੁਛ ਕਰਨ ਦੇ ਚੱਕਰ 'ਚ ਕਦੀ ਕੁੱਟ ਤਾਂ ਨਹੀਂ ਖਾ ਲਈ? ਕੁੱਟ ਮੈਂ ਬਹੁਤ ਖਾਧੀ ਹੈ ਜੀ। ਕਿਉਂ? ਮੈਂ ਸਕੂਲ 'ਚ ਬਹੁਤ ਕੁੱਟ ਖਾਧੀ ਇਸ ਚੱਕਰ 'ਚ, ਕਿਉਂਕਿ ਮੇਰੀ ਸਿਸਟਰਸ ਤਿੰਨੇ ਬਹੁਤ ਪੜ੍ਹਦੀਆਂ। ਮੈਂ ਇਸ ਤੋਂ ਪਹਿਲਾਂ ਵੀ ਇੰਟਰਵਿਊ 'ਚ ਦੱਸਿਆ ਮੈਂ ਬਹੁਤ ਨਲਾਇਕ ਹੁੰਦਾ ਸੀ ਪੜ੍ਹਾਈ 'ਚ, ਮੈਨੂੰ ਉੱਦਾਂ ਹੁੰਦਾ ਸੀ ਕਿ ਮੈਨੂੰ ਕੋਈ ਅੱਜ ਕਹਿੰਦੇ ਵੀ ਸਕੂਲ ਤੋਂ ਹਟ ਜਾ, ਮੈਂ ਹਟ ਜੂੰਗਾ। ਮਤਲਬ ਇਸ ਤਰੀਕੇ ਦਾ ਹੁੰਦਾ ਸੀ ਮੈਂ, ਮੈਨੂੰ ਬਹੁਤ ਇੱਦਾਂ ਲੱਗਦਾ ਸੀ ਯਾਰ ਸਕੂਲ ਜਾਣਾ ਮੇਰੇ ਲਈ ਬਹੁਤ ਵੱਡਾ ਹੁੰਦਾ ਸੀਗਾ। ਮੇਰੀ ਸਿਸਟਰਸ ਬਹੁਤ ਪੜ੍ਹਦੀਆਂ ਸੀ ਐਂਡ ਮੇਰੇ ਇਸ ਕਰਕੇ ਕੁੱਟ ਪੈ ਜਾਂਦੀ ਸੀ ਵੀ ਉਹ ਇੰਨੀਆਂ ਪੜ੍ਹਦੀਆਂ, ਤੂੰ ਕਿਉਂ ਨਹੀਂ ਪੜ੍ਹਦਾ ਘਰੋਂ? ਹਾਂ ਨਹੀਂ ਜੀ ਨਹੀਂ, ਸਕੂਲ 'ਚ ਵੀ ਅਤੇ ਘਰੋਂ ਤਾਂ ਚਲੋ ਮੇਰੇ ਇੰਨੀ ਕੁੱਟ ਪਈ ਨਹੀਂ ਹੈਗੀ, ਕਿਉਂਕਿ ਮੈਂ 3 ਭੈਣਾਂ ਤੋਂ ਬਾਅਦ ਇਕੱਲਾ ਬੇਟਾ ਸੀ ਅਤੇ ਬਾਬਾ ਜੀ ਨੇ ਹਾਂਜੀ ਉਸ ਕਰਕੇ ਕੁੱਟ ਨਹੀਂ ਮੇਰੇ ਕਦੇ ਬਾਹਲੀ ਪਈ ਘਰੋਂ। ਪਰ ਸਕੂਲ 'ਚ ਮੈਂ ਇਸ ਚੀਜ਼ ਤੋਂ ਬਹੁਤ ਕੁੱਟ ਖਾਧੀ ਆ ਕਿ ਮੈਂ ਅਗਰ ਬਾਹਰ ਗਿਆ, ਮੈਂ ਮੰਨ ਲਓ ਮੈਂ ਵਾਲੀਬਾਲ ਖੇਡਦਾ ਸੀਗਾ ਸਕੂਲ ਵੱਲੋਂ, ਮੈਂ ਕ੍ਰਿਕਟ ਵੀ ਖੇਲੀ ਆ, ਵਾਲੀਬਾਲ ਮੈਂ ਨੈਸ਼ਨਲ ਪਲੇਅਰ ਹਾਂ, ਸੋ ਮੈਂ ਵਾਲੀਬਾਲ ਖੇਡ ਚਲੇ ਜਾਂਦਾ ਸੀ ਤਾਂ ਜਿਹੜੇ ਮੇਰੇ ਟੀਚਰ ਹੁੰਦੇ ਸੀ ਉਹ ਇਸ ਗੱਲ 'ਤੇ ਖਿਜੀ ਜਾਂਦੇ ਸੀ ਕਿ ਯਾਰ ਤੂੰ ਤੇਰੀਆਂ ਭੈਣਾਂ ਨਾ ਪੜ੍ਹਦੇ ਆ, ਤੂੰ ਕਦੇ ਗਰਾਊਂਡ 'ਚੋਂ ਨਾ ਕਦੇ ਕਿੱਥੇ ਉਹਨਾਂ ਤੋਂ ਲੈਕਚਰ ਨਹੀਂ ਲਾਉਂਦਾ ਹੈਗਾ, ਇਸ ਕਰਕੇ ਮੇਰੇ ਕੁੱਟ ਬਹੁਤ ਪੈਂਦੀ ਰਹੀ ਆ। ਐਂਡ ਕਲਾਸ ਦੇ ਵਿੱਚ ਸਾਇਲੈਂਟ ਸਟੂਡੈਂਟ ਸੀ ਜਾਂ ਖੱਪੀ? ਠੀਕ ਠੀਕ ਸੀਗਾ, ਮਤਲਬ ਮੂਡ 'ਤੇ ਆ ਕੇ ਜਦੋਂ ਥੋੜ੍ਹੇ ਚਾਰ ਜਣੇ ਰਲ ਜਾਂਦੇ ਸੀ ਨਾਲ ਫਿਰ ਖੱਪ ਵੀ ਕਰ ਲਈਦੀ ਸੀਗੀ, ਪਰ ਕਦੇ ਇੱਦਾਂ ਨਹੀਂ ਕਿ ਮੈਂ ਬੜਾ ਸ਼ਰਾਰਤੀ ਨਹੀਂ ਹੁੰਦਾ ਸੀਗਾ। ਕੋਈ ਸੀਕਰੇਟ ਹੈ? ਬਹੁਤ ਸਾਰੇ ਸੀਕਰੇਟਸ ਨੇ, ਇੱਕ ਤਾਂ ਜਮਾ ਹੀ ਨਹੀਂ, ਜੇ ਸੀਕਰੇਟ ਹੀ ਹੋਵੇ ਫਿਰ ਕਾ ਦੱਸੀਏ ਯਾਰ? ਤੁਹਾਡੇ ਫੈਨਸ ਨੂੰ ਤਾਂ ਪਤਾ ਹੋਣਾ ਚਾਹੀਦਾ। ਮੇਰੇ ਫੈਨਸ ਨੂੰ ਜਿੰਨਾ ਚੀਜ਼ ਪਤਾ ਹੋਣੀ ਚਾਹੀਦੀ ਉਹਨਾਂ ਨੂੰ ਸਾਰੀ ਪਤਾ ਜੀ, ਸਾਰੀ ਪਤਾ, ਕਿਉਂਕਿ ਆਲਮੋਸਟ ਮੈਂ ਆਪਣੇ ਫੈਨਸ ਦੇ ਬਹੁਤ ਕਲੋਜ਼ ਆ, ਮੈਨੂੰ ਇਹ ਫੀਲ ਹੁੰਦਾ ਕਿਉਂਕਿ ਮੈਂ ਟਰਾਈ ਕਰਦਾ ਰਹਿਣਾ, ਮੈਂ ਆਪਣੇ ਹੈਸ਼ਟੈਗ ਫੋਲੋ ਕੀਤੇ ਹੋਏ ਆ, ਮੈਂ ਮੋਸਟਲੀ ਜਿਹੜੇ ਮੇਰੇ ਲਈ ਕੰਮ ਕਰਦੇ ਆ, ਜਿਹੜੇ ਮੇਰੀਆਂ ਪੋਸਟ ਜਾਂ ਮੇਰੀ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ 'ਚ ਮੇਰੀ ਹੈਲਪ ਕਰਦੇ ਆ, ਮੇਰੇ ਫੈਨ ਪੇਜ ਬਣੇ ਹੋਏ ਆ, ਮੈਂ ਉਹਨਾਂ ਨੂੰ ਸਾਰਿਆਂ ਨੂੰ ਫੋਲੋ ਕਰਦਾ, ਮੈਂ ਹਮੇਸ਼ਾ ਦੇਖਦਾ ਰਹਿਣਾ ਕਿ ਮੇਰੇ ਬਾਰੇ ਕੀ ਪੋਸਟ ਕਰ ਰਿਹਾ, ਉਹ ਅੱਜ ਕੀ, ਮੈਂ ਉਹਨਾਂ ਦੇ ਮੈਸੇਜ ਦੇਖਦਾ ਰਹਿਣਾ। ਸੋ ਮੈਨੂੰ ਲੱਗਦਾ ਕਿ ਮੇਰੇ ਫੈਨਸ ਨੂੰ ਆਲਮੋਸਟ ਸਾਰੀ ਚੀਜ਼ਾਂ ਪਤਾ ਹਨ। ਓਕੇ, ਅੱਛਾ, ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਐਕਟਿਵ ਹੋ, ਕਦੀ ਜਸੀ ਇਦਾਂ ਦੇ ਮੈਸੇਜ ਆਉਂਦੇ ਤੁਹਾਨੂੰ ਰਾਤ ਨੂੰ, ਭਾਜੀ ਤੁਸੀਂ 3 ਵਜੇ ਵੀ ਆਨਲਾਈਨ ਹੋ, 2 ਵਜੇ ਵੀ ਆਨਲਾਈਨ? ਇਹ ਲੋਕਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਕਿ 2 ਰਾਤ ਨਹੀਂ, ਲੇਟ ਨਾਈਟ ਆਨਲਾਈਨ ਕਰ ਕੇ? ਮੈਨੂੰ ਇਹ ਤਾਂ ਠੀਕ ਹੈ, ਪਰ ਮੈਂ ਕਈ ਵਾਰ ਜਦੋਂ ਕੈਨੇਡਾ ਹੁੰਦਾ ਫਿਰ ਮੈਨੂੰ ਮੈਸੇਜ ਹੁੰਦਾ, ਫਿਰ ਮੈਂ ਸੋਚਦਾ ਵੀ ਯਾਰ ਮੈਂ ਕੈਨੇਡਾ ਇੱਥੇ ਦੇਣਾ ਤੁਹਾਡੇ ਕੋਲ ਰਾਤ ਹੈ, ਫਿਰ ਮੈਨੂੰ ਹੁੰਦਾ। ਬਟ ਮੋਸਟਲੀ ਅਸੀਂ ਟਰੈਵਲਿੰਗ ਰਾਤ ਨੂੰ ਕਰਦੇ ਹਾਂ, ਕਿਉਂਕਿ ਸਾਡੇ ਸ਼ੋਜ਼ ਹੁਣ ਜਿਹੜੇ ਚੱਲਦੇ ਆ ਉਹ ਰਾਤ ਦੇ ਹੁੰਦੇ ਆ, ਸੋ ਸਾਡੇ ਸ਼ੋਜ਼ ਵੀ ਸਾਰੇ ਪੰਜਾਬ ਤੋਂ ਬਾਹਰ ਹੁੰਦੇ ਆ, ਕਿਉਂਕਿ ਜੈਪੁਰ ਹੁਣ ਅਸੀਂ ਕੱਲ੍ਹ ਪਰਸੋਂ ਸ਼ੋਅ ਕਰਕੇ ਆਏ ਹਾਂ, ਅਸੀਂ ਆਗਰਾ ਅਲੀਗੜ੍ਹ ਇੱਥੇ ਗਏ ਸੀਗੇ, ਸੋ ਅਸੀਂ ਪਹੁੰਚਦੇ ਪਹੁੰਚਦੇ ਘਰ ਹਰ ਰੋਜ਼, ਸਾਨੂੰ ਜੇ ਅਸੀਂ ਆਉਂਦੇ ਹਾਂ ਪੰਜਾਬ ਤੋਂ ਬਾਹਰੋਂ 8-9 ਵਜਦੇ ਸਵੇਰ ਦੇ, 6-7 ਤਾਂ ਮੋਸਟਲੀ ਵੱਜੀ ਜਾਂਦੇ ਆ। ਸੋ ਫਿਰ ਗੱਡੀ ਦੇ ਵਿੱਚ ਮੈਂ ਕਾਰ ਦੇ ਵਿੱਚ ਸੌ ਨਹੀਂ ਸਕਦਾ, ਮੈਨੂੰ ਹਮੇਸ਼ਾ ਡਰ ਲੱਗਦਾ ਰਹਿੰਦਾ ਕਿ ਕਾਰ 'ਚ ਨਹੀਂ ਸੌਣਾ ਹੈਗਾ, ਚਾਹੇ ਮੈਂ ਕਾਰ ਚਲਾਵਾਂ ਜਾਂ ਨਾ ਚਲਾਵਾਂ, ਬਟ ਮੈਂ ਅਗਰ ਮੈਨੂੰ ਇੱਦਾਂ ਲੱਗੇ ਫਿਰ ਮੈਂ ਆਪ ਕਾਰ ਚਲਾਉਣ ਲੱਗ ਜਾਣਾ ਕਿ ਮੈਂ ਖੁਦ ਚਲਾਊਂਗਾ, ਫਿਰ ਜਿਹਦੇ ਨਾਲ ਮੈਨੂੰ ਇੱਦਾਂ ਹੁੰਦਾ ਕਿ ਹਾਂ ਠੀਕ ਹੈ ਮੈਂ ਸੇਫ ਹਾਂ। ਸੋ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਰਹਿੰਦਾ ਤਾਂ ਕਾਰ ਰਾਤ ਨੂੰ, ਖਾਸ ਕਰਕੇ ਮੈਂ ਸੌਂਦਾ ਨਹੀਂ ਗਾ, ਉਦੋਂ ਫਿਰ ਮੈਨੂੰ ਕਈ ਵਾਰ ਜੇ ਘਰੇ ਆ ਕੇ ਦੇਖ ਦਿਉਣਾ ਮੈਂ, ਭਾਜੀ ਸੌਂ ਜਾ ਕਰੋ, ਡਾਰਕ ਸਰਕਲਸ ਹੋ ਜਾਣਗੇ, ਭਾਜੀ ਤੁਸੀਂ ਗਾਣੇ ਵਧੀਆ ਬਣਾਉਂਦੇ ਹੋ, ਤੁਸੀਂ ਭਾਜੀ ਸੌਂ ਜਾ ਕਰੋ, ਸਾਡੇ ਕੰਮ 'ਤੇ ਇਫੈਕਟ ਹੋਊਗਾ ਹੁਣ। ਪਰ ਮੈਂ ਉਹ ਕੀ ਲੋਕਾਂ ਨੂੰ ਕੀ ਦੱਸਾਂ ਕਿ ਉਹ ਵੀ ਕੰਮ ਕਰਕੇ ਟਰੈਵਲ ਕਰਦੇ ਆ। ਮੈਨੂੰ ਵੀ ਬੜੀ ਹੈਰਾਨੀ ਹੁੰਦੀ ਆ, ਲੋਕੀ ਹਮੇਸ਼ਾ ਇਸ ਚੀਜ਼ ਨੂੰ ਬੜਾ ਨੋਟਿਸ ਕਰਦੇ ਨੇ, ਬਹੁਤ ਨੋਟਿਸ ਕਰਦੇ ਨੇ, ਕਿਉਂਕਿ ਤੁਹਾਨੂੰ ਜਿਹੜੇ ਪਿਆਰ ਕਰਦੇ ਲੋਕ ਤੁਹਾਡੀ ਕੇਅਰ ਕਰਦੇ ਆ, ਤੁਹਾਡੇ ਲਈ ਸੋਚਦੇ ਆ, ਫਿਰ ਮੈਨੂੰ ਚੰਗਾ ਲੱਗਦਾ ਉਹ ਚੀਜ਼ ਜਦੋਂ ਐਵੇਂ ਦੇ ਮੈਸੇਜ ਦੇਖਦਾ ਮੈਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਜੀ ਆਇਆਂ ਨੂੰ ਜੀ ਮੈਂ ਤੁਹਾਡੀ ਦੋਸਤ ਕਮਾਈਨੀ ਸ਼ਰਮਾ ਤੇ ਸਾਡੇ ਨਾਲ ਨੇ ਵਨ ਐਂਡ ਓਨਲੀ ਜੱਸੀ ਗਿੱਲ ਬਿਲਕੁਲ ਫਿਲਮ ਦੀ ਗੱਲ ਕਰਦੇ ਆ ਕਿਉਂਕਿ ਹੁਣ ਫਿਲਮ ਬਹੁਤ ਹੀ ਜਲਦ ਹੋਣ ਵਾਲੀ ਹੈ ਰਿਲੀਜ਼ ਜੱਸੀ ਹਾਈ ਐਂਡ ਯਾਰੀਆਂ ਮੂਮੈਂਟ ਕਿਹੜਾ ਸੀ ਡਿਊਰਿੰਗ ਦਾ ਸ਼ੂਟ ਯਾਰੀਆਂ ਸਾਡੀ ਦੋਸਤੀ ਤੇ ਜਦੋਂ ਅਸੀਂ ਸ਼ੂਟ ਕਰਦੇ ਸੀ ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਅਸੀਂ ਲੰਡਨ ਸ਼ੂਟ ਕੀਤਾ ਸੋ ਉਹ ਦਿਨ ਪਤਾ ਹੀ ਨਹੀਂ ਲੱਗੇ ਕਿਵੇਂ ਨਿਕਲ ਗਏ ਕਿਉਂਕਿ ਸਾਡੀ ਫਿਲਮ ਦੇ ਕੋਨਸੈਪਟ ਵੀ ਐਵੇਂ ਦਾ ਸੀਗਾ ਅਸੀਂ ਇਕੱਠੇ ਇੱਕ ਘਰ 'ਚ ਰਹਿੰਦੇ ਹਾਂ ਮੈਂ ਨਿੰਜਾ ਅਤੇ ਬਾਵਾ ਅਤੇ ਜਿਹੜੀਆਂ ਗੱਲਾਂ ਫਿਲਮ ਦੇ ਵਿੱਚ ਜਿਹੜੇ ਡਾਇਲੋਗਸ ਨੇ ਉਹ ਇੱਦਾਂ ਲੱਗਦਾ ਕਿ ਤੁਹਾਡੀ ਨੋਰਮਲ ਲਾਈਫ ਦੇ ਵਿੱਚ ਤੁਸੀਂ ਆਪਣੇ ਦੋਸਤਾਂ ਨਾਲ ਜਿਵੇਂ ਦੇ ਹੁੰਦੇ ਉਵੇਂ ਦੀ ਆ ਸੋ ਉਹ ਸਾਰੀ ਚੀਜ਼ਾਂ ਹੀ ਬਹੁਤ ਵਧੀਆ ਸੀਗੀਆਂ ਉੱਥੇ ਸ਼ੂਟ ਕਰਨ ਲੱਗੇ ਕੋਈ ਮੁਸ਼ਕਿਲ ਆਈ ਕੋਈ ਪ੍ਰੋਬਲਮ ਆਈ ਤਿੰਨਾਂ ਵਿੱਚੋਂ ਕੋਈ ਸੱਚੀ ਵਿੱਚ ਰੁੱਸਿਆ ਉੱਥੇ ਨਹੀਂ ਰੁੱਸਿਆ ਤਾਂ ਹੈ ਨਹੀਂ ਪਰ ਹਾਂ ਕਿਉਂਕਿ ਮੈਂ ਅਤੇ ਬਾਵਾ ਅਸੀਂ ਥੋੜ੍ਹਾ ਜਲਦੀ ਉੱਠ ਕੇ ਆ ਜਾਂਦੇ ਹਾਂ ਮਤਲਬ ਨਿੰਜਾ ਥੋੜ੍ਹਾ ਜਿਹਾ ਉੱਠਣ ਦੇ ਵਿੱਚ ਢਿੱਲਾ ਮਤਲਬ ਪਰ ਉਹ ਮੈਨੂੰ ਗਾਲਾਂ ਬਹੁਤ ਕੱਢੂ ਅਗਰ ਉਹਨੇ ਸੁਣੀ ਸੀ ਕਿਉਂਕਿ ਮੈਂ ਉਹਦੀ ਵਿਚਾਰੀ ਦੀ ਹਰ ਗੱਲ ਪਰ ਬਹੁਤ ਸਿੰਸੀਅਰ ਹਾਂ ਬਹੁਤ ਚੰਗਾ ਆਈ ਰੀਲੀ ਨੋ ਦੈਟ ਮੈਂ ਪਹਿਲੇ ਤੋਂ ਹੀ ਜਾਣਦੀ ਹਾਂ ਆਪ ਕਹਿੰਦੇ ਆ ਕਿ ਮੈਂ ਬਹੁਤ ਲੇਜ਼ੀ ਹਾਂ ਮੈਂ ਪੰਕਚੁਅਲ ਨਹੀਂ ਹੋ ਪਾਉਂਦਾ ਠੀਕ ਹੈ ਫਿਰ ਭਈ ਨਿੰਜਾ ਸਭ ਤੋਂ ਲੇਟ ਸੋ ਨਿੰਜਾ ਲੇਟ ਆਉਂਦਾ ਸੀ ਅਸੀਂ ਪਹਿਲਾਂ ਚਲੇ ਜਾਂਦੇ ਸੀ ਜੀ ਫਿਰ ਹੁਣ ਫਿਰ ਉਸ ਤੋਂ ਬਾਅਦ ਅਸੀਂ ਜਦ 10 ਦਿਨ ਨਿਕਲੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਨਿੰਜਾ ਜੇ ਕਾਲ ਟਾਈਮ 7 ਵਜੇ ਦਾ ਤਾਂ ਨਿੰਜੇ ਨੇ 8 ਵਜੇ ਪਹੁੰਚਣਾ ਫਿਰ ਅਸੀਂ ਵੀ ਉਸ ਤਰੀਕੇ ਨਾਲ ਹੀ ਹੋ ਗਏ ਸਾਨੂੰ ਕਾਲ ਟਾਈਮ 7 ਵਜੇ ਹੁੰਦਾ ਸੀ ਅਸੀਂ ਪੂਰੇ 8 ਵਜੇ ਆ ਕੇ ਥੱਲੇ ਬ੍ਰੇਕਫਾਸਟ ਕਰਦੇ ਸੀ ਫਿਰ ਜਾਂਦੇ ਸੀਗੇ ਸ਼ੂਟ ਕਰਨ ਸਾਨੂੰ ਪਤਾ ਹੁੰਦਾ ਸੀਗਾ ਵੀ ਨਿੰਜੇ ਨੇ ਇੰਨੇ ਟਾਈਮ 'ਤੇ ਆਉਣਾ ਸੋ ਇਹ ਚੀਜ਼ ਮੈਨੂੰ ਨਿੰਜੇ ਦੀ ਪਤਾ ਲੱਗੀ ਸ਼ੂਟ 'ਤੇ ਪਰ ਉਹ ਸਾਡੀ ਮਨ ਮਟਾਵ ਉਵੇਂ ਦਾ ਕੋਈ ਚੀਜ਼ ਨਹੀਂ ਹੋਈ ਹੈਗੀ ਕਿਉਂਕਿ ਟੱਚ ਵੁੱਡ ਸਾਡੀ ਆਪਸ ਕੈਮਿਸਟਰੀ ਬਹੁਤ ਵਧੀਆ ਸੀ ਆਪਸ ਗੱਲਾਂ ਬਾਤਾਂ ਨਿੰਜੇ ਨਾਲ ਮੈਂ ਪਹਿਲਾਂ ਕੰਮ ਨਹੀਂ ਕੀਤਾ ਨਿੰਜੇ ਨੂੰ ਮੈਂ ਮਿਲਿਆ ਹੋਇਆ ਵੈਸੇ ਪਰ ਅਸੀਂ ਕੰਮ ਨਹੀਂ ਕੀਤਾ ਸੀ ਕਦੇ ਇਕੱਠੇ ਬਾਵੇ ਨਾਲ ਮੈਂ ਇਸ ਤੋਂ ਪਹਿਲਾਂ 420 ਕੀਤੀ ਜਿਵੇਂ ਦੱਸਿਆ ਸੀ ਇਕੱਠੇ ਵੀ ਰਹਿੰਦੇ ਰਹੇ ਸੋ ਸਾਡੇ ਕੋਲ ਆਪਣੀਆਂ ਗੱਲਾਂ ਕਰਨ ਦਾ ਬਹੁਤ ਹੁੰਦਾ ਸੀ ਫਿਰ ਥੋੜ੍ਹਾ ਬਹੁਤ ਨਿੰਜੇ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਯਾਰ ਆਪਸ 'ਚ ਬਹੁਤ ਗੱਲਾਂ ਮਾਰਦੇ ਆ ਫਿਰ ਉਹ ਸਾਡੇ ਨਾਲ ਹੌਲੀ ਹੌਲੀ ਜਦੋਂ ਨਿੰਜਾ ਘੁਲਿਆ ਮਿਲਿਆ ਫਿਰ ਅਸੀਂ ਇਕੱਠੇ ਸਾਡੇ ਦਿਨ ਵਧੀਆ ਜਦੋਂ ਰਿਸ਼ਤਿਆਂ ਦੀ ਗੱਲ ਹੁੰਦੀ ਹੈ ਦੋਸਤੀ ਯਾਰੀ ਦੀ ਗੱਲ ਹੁੰਦੀ ਹੈ ਤੇ ਇਮੋਸ਼ਨਸ ਆਟੋਮੈਟਿਕਲੀ ਕਨੈਕਟ ਹੋ ਜਾਂਦੇ ਨੇ ਹਨਾ ਸੋ ਇਸ ਫਿਲਮ ਦਾ ਕੋਈ ਇਹੋ ਜਿਹਾ ਸੀਨ ਹੈ ਜੀ ਇਹਦੇ ਵਿੱਚ ਤੁਸੀਂ ਟ੍ਰੇਲਰ 'ਚ ਹੀ ਦੇਖ ਸਕਦੇ ਹੋ ਕਿ ਸਾਡੀ ਆਪਸ 'ਚ ਲੜਾਈ ਹੁੰਦੀ ਆ ਅਤੇ ਕਿਸ ਤਰੀਕੇ ਨਾਲ ਉਹ ਸਾਰੀ ਚੀਜ਼ਾਂ ਅਤੇ ਹੁਣ ਰੀਜ਼ਨ ਤੁਹਾਨੂੰ ਜਾ ਕੇ ਫਿਲਮ 'ਚ ਪਤਾ ਲੱਗੂ ਕਿਉਂ ਲੜਾਈ ਹੁੰਦੀ ਆ ਪਰ ਹਾਂ ਦੋਸਤੀ 'ਚ ਹੁੰਦਾ ਰਹਿੰਦਾ ਇੰਨਾ ਚੱਲ ਕਿਉਂਕਿ ਜਿੰਨੀ ਚਿਰ ਤੁਹਾਡੀ ਲੜਾਈ ਨਾ ਹੋਵੇ ਜਾਂ ਤੁਸੀਂ ਜਿੰਨੀ ਚਿਰ ਤੁਸੀਂ ਇੱਕ ਦੂਜੇ ਤੋਂ ਥੋੜ੍ਹਾ ਦੂਰ ਨਾ ਹੋ ਤੁਹਾਨੂੰ ਫਿਰ ਉਹ ਅਹਿਸਾਸ ਨਹੀਂ ਹੁੰਦਾ ਤੁਹਾਡਾ ਦੋਸਤੀ ਦਾ ਦੇਖ ਕੇ ਕਈ ਲੋਕ ਇਹ ਚੀਜ਼ ਫੀਲ ਕਰਨਗੇ ਕਿ ਹਾਂ ਹਾਂ ਇਹ ਜਿਹੀਆਂ ਗੱਲਾਂ ਹੋ ਜਾਂਦੀਆਂ ਦੋਸਤੀ ਦੇ ਵਿੱਚ ਪਰ ਅਗਰ ਤੁਸੀਂ ਰਿਲੇਟ ਕਰੋ ਹਾਂ ਤੁਸੀਂ ਜਾ ਕੇ ਉਹਨੂੰ ਸੋਲਵ ਕਰੋ ਜਾਂ ਉਹਦੇ ਬਾਰੇ ਗੱਲ ਕਰਨਾ ਚਾਹੋ ਤੁਹਾਨੂੰ ਜਿਹੜੇ ਰਿਸ਼ਤੇ ਨੇ ਤੁਹਾਡੇ ਰਿਲੇਸ਼ਨਸ਼ਿਪਸ ਨੇ ਉਹ ਤੁਹਾਨੂੰ ਪਹਿਲਾਂ ਹੀ ਰੱਬ ਵੱਲੋਂ ਬਣੇ ਹੁੰਦੇ ਆ ਕਿ ਆਹ ਤੇਰੀ ਮੰਮੀ ਆ ਡੈਡੀ ਆ ਚਾਚਾ ਤਾਇਆ ਪਰ ਦੋਸਤ ਤੁਸੀਂ ਖੁਦ ਬਣਾਉਣੇ ਹੁੰਦੇ ਆ ਸੋ ਉਹ ਚੰਗੇ ਦੋਸਤ ਮਿਲਦੇ ਤਾਂ ਆਪਾਂ ਚੰਗੇ ਕੰਮਾਂ 'ਚ ਪੈ ਜਾਂਦੇ ਹਾਂ ਕਈ ਵਾਰ ਮਾੜੇ ਮਿਲਦੇ ਤਾਂ ਮਾੜੇ ਕੰਮਾਂ 'ਚ ਪੈ ਜਾਂਦੇ ਸੋ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਚੰਗੇ ਦੋਸਤ ਮਿਲਿਆ ਰੀਅਲ ਲਾਈਫ ਦੇ ਵਿੱਚ ਅਤੇ ਫਿਲਮ ਦੇ ਵਿੱਚ ਵੀ ਮੈਨੂੰ ਚੰਗੇ ਦੋਸਤ ਮਿਲਿਆ ਜਿਹੜਾ ਕਿ ਇੱਕ ਚੰਗਾ ਮੈਸੇਜ ਦੇਣਗੇ ਫਿਲਮ ਦੇਖ ਕੇ ਜਿਹੜੇ ਜਾਣਗੇ ਸੋ ਮਿਊਜ਼ਿਕ ਫਿਲਮ ਦਾ ਹਮੇਸ਼ਾ ਸਟਰੋਂਗੈਸਟ ਪੁਆਇੰਟ ਹੁੰਦਾ ਹੈ ਸੋ ਵਾਟ ਅਬਾਊਟ ਦਾ ਮਿਊਜ਼ਿਕ ਜੱਸੀ ਮਿਊਜ਼ਿਕ ਦੇ ਵਿੱਚ ਪੰਕਜ ਭਾਜੀ ਖੁਦ ਬਹੁਤ ਇਨਵੋਲਵ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਜਦੋਂ ਕਿਉਂਕਿ ਫਿਲਮ ਡਾਇਰੈਕਟਰ ਦੀ ਹੁੰਦੀ ਹੈ ਉਹਨੇ ਸੋਚੀ ਹੁੰਦੀ ਆ ਕਿ ਮੈਨੂੰ ਇਸ ਤਰੀਕੇ ਨਾਲ ਬਣਾਊਂਗਾ ਜਾਂ ਮੈਂ ਇੱਥੇ ਐਵੇਂ ਦਾ ਗਾਣਾ ਪਾਊਂਗਾ ਕਿਉਂਕਿ ਮੈਨੂੰ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਬਹੁਤ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਕਿ ਅਗਰ ਫਿਲਮ ਦੇ ਵਿੱਚ ਉਸ ਬੰਦੇ ਨੇ ਕੰਮ ਕਰ ਲਿਆ ਜਾਂ ਉਹ ਕਰ ਲਿਆ ਤਾਂ ਫਿਲਮ ਵਧੀਆ ਜਾਂ ਨਹੀਂ ਵਧੀਆ ਨਾ ਪਰ ਫਿਲਮ ਡਾਇਰੈਕਟਰ ਦੀ ਹੁੰਦੀ ਆ ਫਿਲਮ ਡਾਇਰੈਕਟਰ ਨੇ ਸੋਚੀ ਹੁੰਦੀ ਆ ਤੁਸੀਂ ਸਿਰਫ ਕੰਮ ਕਰ ਸਕਦੇ ਹੋ ਆਪਣੇ ਵੱਲੋਂ ਜਾ ਕੇ ਨਾ ਜੀ ਸੋ ਪੰਕਜ ਭਾਜੀ ਇਸ ਗੱਲ ਤੋਂ ਬਹੁਤ ਸਟਰੋਂਗ ਨੇ ਕਿਉਂਕਿ ਉਹਨਾਂ ਨੇ ਉਹਨਾਂ ਦਾ ਆਪਣਾ ਵਿਜ਼ਨ ਆ ਇੱਕ ਫਿਲਮ ਉਹਨਾਂ ਨੇ ਜਿਹੜੀ ਸੋਚੀ ਉਹਦੇ ਅਕੋਰਡਿੰਗ ਉਹਨਾਂ ਨੇ ਗਾਣੇ ਸਿਲੈਕਟ ਕਰਨੇ ਆ ਉਹਨਾਂ ਨੇ ਇਹ ਜ਼ਰੂਰ ਆ ਕਿ ਭੇਜਣੇ ਆ ਕਿ ਤੁਸੀਂ ਦੇਖੋ ਇਹ ਗਾਣਾ ਤੁਸੀਂ ਅਗਰ ਤੂੰ ਗਾਉਣਾ ਹੋਊਗਾ ਤੇਰੀ ਫੀਲ ਦੇ ਅਕੋਰਡਿੰਗ ਹੈਗਾ ਜਾਂ ਇਹ ਗਾਣਾ ਆਪਾਂ ਕਰ ਸਕਦੇ ਹਾਂ ਪਰ ਆਲਮੋਸਟ ਮੇਰਾ ਸਾਰੇ ਗਾਣੇ ਪੰਕਜ ਭਾਜੀ ਨੇ ਖੁਦ ਆਪ ਇਨਵੋਲਵ ਹੋ ਕੇ ਚਾਹੇ ਬੀ ਪ੍ਰੈਕ ਤੋਂ ਚਾਹੇ ਗੋਲਡ ਬੋਏ ਤੋਂ ਚਾਹੇ ਹੋਰ ਜਿੰਨੇ ਮਿਊਜ਼ਿਕ ਡਾਇਰੈਕਟਰਸ ਨੇ ਫਿਲਮ ਦੇ ਵਿੱਚ ਉਹਨਾਂ ਤੋਂ ਕੰਮ ਕੀਤਾ ਇੱਕ ਮਿਊਜ਼ਿਕ ਡਾਇਰੈਕਟਰ ਤੋਂ ਕੰਮ ਨਹੀਂ ਕੀਤਾ ਹੈਗਾ ਅਤੇ ਸੁੱਖੀ ਮਿਊਜ਼ੀਕਲ ਡਾਕਟਰਸ ਨੇ ਵੀ ਗਾਣਾ ਕੀਤਾ ਜਿਹੜਾ ਬਾਵੇ ਦਾ ਹੁਣੇ ਆਇਆ ਹਾਈ ਐਂਡ ਯਾਰੀਆਂ ਜੀ ਜੀ ਸੋ ਭਾਜੀ ਦੀ ਬਹੁਤ ਇਨਵੋਲਵਮੈਂਟ ਸੀਗੀ ਇਹਦੇ ਵਿੱਚ ਜਦੋਂ ਆਪਾਂ ਫਿਲਮ ਦੇਖਦੇ ਹਾਂ ਸਕਰੀਨ 'ਤੇ ਹੈ ਨਾ ਨੋਰਮਲੀ ਹੁਣ ਵੀ ਟ੍ਰੇਲਰ ਦੇਖ ਕੇ ਬੜਾ ਬੰਦਾ ਇੰਜੋਏ ਕਰਦਾ ਕਿ ਬਾਹਰਲਾ ਸ਼ੂਟ ਹੈ ਇਹਨਾਂ ਨੇ ਬਹੁਤ ਖੱਪ ਕੀਤੀ ਹੋਣੀ ਬਹੁਤ ਬਟ ਡਿਫੀਕਲਟੀਜ਼ ਵੀ ਆਉਂਦੀਆਂ ਨੇ ਬਾਹਰ ਬਹੁਤ ਜ਼ਿਆਦਾ ਜੀ ਕਿਉਂਕਿ ਤੁਸੀਂ ਆਪਣੀ ਕੰਟਰੀਜ਼ 'ਚ ਆਪਣੀ ਕੰਟਰੀ 'ਚ ਤੁਸੀਂ ਜਦੋਂ ਸ਼ੂਟ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਕਿ ਤੁਸੀਂ ਕਿਸੇ ਨੇ ਕੁਛ ਵੀ ਕਹਿ ਸਕਦੇ ਹੋ ਉੱਥੇ ਇੱਕ ਤਾਂ ਮੈਨ ਪਾਵਰ ਨਹੀਂ ਹੁੰਦੀ ਹੈਗੀ ਉੱਥੇ ਲਿਮਿਟਡ ਜੇ ਲੋਕ ਹੁੰਦੇ ਆ ਉਹੀ ਲੋਕਾਂ ਨੇ ਕੰਮ ਕਰਨਾ ਹੁੰਦਾ ਫਿਰ ਦੂਸਰੀ ਗੱਲ ਤੁਸੀਂ ਦੂਸਰੀ ਕੰਟਰੀ ਚਲੇ ਜਾਂਦੇ ਹੋ ਤਾਂ ਉੱਥੇ ਜਿਹੜੀਆਂ ਬਾਹਰਲੀਆਂ ਲੋਕੇਸ਼ਨਸ 'ਤੇ ਕੰਮ ਕਰਦੇ ਹੋ ਉੱਥੋਂ ਉਹਨਾਂ ਨੂੰ ਤੁਸੀਂ ਲੋਕਾਂ ਨੂੰ ਦੱਸਣੇ ਜ਼ਿਆਦਾ ਸ਼ੂਟ ਜਦੋਂ ਸ਼ੂਟ ਦੀ ਗੱਲ ਆਉਂਦੀ ਹੈ ਫਿਰ ਉੱਥੇ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਬਹੁਤ ਮੁਸ਼ਕਿਲ ਆਈਆਂ ਇੱਕ
ਤੁਹਾਡੀ ਫਿਲਮ ਵਧੀਆ ਬਣ ਜਾਵੇ, ਤੁਹਾਡੀ ਜਿਹੜਾ ਤੁਸੀਂ ਸੋਚੀ ਹੋਈ ਸੀ ਉਹ ਚੀਜ਼ ਬਣ ਜਾਵੇ, ਉਹ ਤੋਂ ਉਹ ਨਹੀਂ, ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਹੈ ਹਜੇ, ਹਜੇ ਇੰਨਾ ਖੁੱਲ੍ਹਾ ਨਹੀਂ ਚੱਲ ਸਕਦੇ ਕਿ ਆਹ ਵੀ ਕਰ ਦਿਉ ਆਹ ਵੀ ਕਰ ਦਿਉ, ਸੋ ਆਪਣੀ ਫਿਲਮ ਵਧੀਆ ਨਿਕਲ ਜਾਵੇ ਸਾਨੂੰ ਇਹੀ ਬਹੁਤ ਆ ਕਿ ਹਾਂ ਚਲੋ ਉਨੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਸਭ ਤੋਂ ਹੱਥ ਤੰਗ ਕਿਹਦਾ ਸੀ ਅੰਗਰੇਜ਼ੀ ਵਿੱਚ? ਸਾਰੀ ਇੱਕੋ ਚੀਜ਼ ਸੀ, ਅਸੀਂ ਦੱਸੀ ਦੱਸੀਏ ਤਾਂ ਗੱਲ ਕਿੱਦਾਂ ਸਮਝਾਉਂਦੇ ਸੀ, ਪਰ ਅਸੀਂ ਮਤਲਬ ਹੁਣ ਆਲਮੋਸਟ ਸਾਰੇ ਜਾਣੇ ਅਸੀਂ ਇੰਨਾ ਘੁੰਮ ਚੁੱਕੇ ਹਾਂ ਕਿ ਅਸੀਂ ਆਪਣੀ ਗੱਲ ਦੱਸ ਸਕਦੇ ਹਾਂ ਲੋਕਾਂ ਨੂੰ, ਮਤਲਬ ਇਹ ਇਹ ਨਹੀਂ ਹੈਗਾ ਕਿ ਵੀ ਜਮਾਂ ਹੀ ਹਿੰਦੂ, ਜਿਵੇਂ ਕਹਿ ਮੈਂ ਅਸੀਂ ਗੱਲ ਕਰਦੇ ਹਾਂ ਕਿ ਆਪਣੇ ਜਿਹੜੇ ਪੁਰਾਣੇ ਬਜ਼ੁਰਗ, ਇਹਨਾਂ ਨੂੰ ਲੱਗਦਾ ਜੇ ਇਹਨੂੰ ਪੰਜਾਬੀ ਸਮਝ ਨਹੀਂ ਆਉਂਦੀ ਤਾਂ ਇਹਨੂੰ ਹਿੰਦੀ ਸਮਝ ਆਉਂਦੀ ਹੋਊਗੀ, ਮਤਲਬ ਉਹ ਗੋਰਿਆਂ ਨਾਲ ਵੀ ਕਈ ਵਾਰ ਹਿੰਦੀ ਸ਼ੁਰੂ ਹੋ ਜਾਂਦਾ, ਇਹੋ ਜਿਹਾ ਕੋਈ ਨਹੀਂ ਸੀਗਾ, ਪਰ ਹਾਂ ਆਪਣੀ ਗੱਲ ਸਮਝਾਉਣੀ ਆਉਂਦੀ ਆ, ਆਲਮੋਸਟ ਸਾਰਿਆਂ ਨੂੰ ਆਉਂਦੀ ਸੀ, ਪਰ ਹਾਂ ਇੱਦਾਂ ਨਾ ਜ਼ਰੂਰ ਸੀ ਕਿ ਕੋਈ ਜ਼ਿਆਦਾ ਗੱਲਬਾਤ ਸਾਡੇ ਕਰੂ ਦੇ ਵਿੱਚ ਗੋਰੇ ਨਹੀਂ ਸੀਗੇ, ਹਾਂ ਪਹਿਲਾਂ ਹੀ ਸਾਰੇ ਉੱਥੇ ਆਪਣੇ ਕੋਈ ਆਪਣੇ ਬੰਦੇ ਸੀਗੇ, ਬਟ ਹਾਂ ਪਰ ਹੁਣ ਇੰਨਾ ਕੁ ਅਸੀਂ ਘੁੰਮ ਚੁੱਕੇ ਹਾਂ, ਸ਼ੋਜ਼ ਸਾਰੇ ਕਰ ਚੁੱਕੇ ਹਾਂ, ਸੋ ਤੁਹਾਨੂੰ ਗੱਲ ਕਰਨ ਦਾ ਇੰਨਾ ਕੁ ਤਾਂ ਪਤਾ ਲੱਗ ਜਾਂਦਾ, ਕਿਉਂਕਿ ਇਹ ਘੁੰਮਣ ਦੀ ਲੈਂਗੁਏਜ, ਕੋਈ ਇਹ ਨਹੀਂ ਹੈਗੀ ਤੁਸੀਂ ਉਹਨੂੰ ਏ ਬੀ ਸੀ ਤੋਂ ਸਿੱਖਣਾ ਸ਼ੁਰੂ ਕਰੋ ਜਾਂ ਇੱਦਾਂ, ਜਾਂ ਤੁਸੀਂ ਘੁੰਮਦੇ ਫਿਰਦੇ ਹੋ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕੌਣ ਕਿਵੇਂ ਗੱਲ ਕਰਦਾ, ਆਪਾਂ ਇਸ ਨੂੰ ਕਿਵੇਂ ਗੱਲ ਆਪਣੀ ਡਿਲੀਵਰ ਕਰ ਸਕਦੇ ਜੀ, ਬੜਾ ਹਾਰਡਵਰਕ ਕਰਨਾ ਪੈਂਦਾ, ਲੇਕਿਨ ਵਾਕਈ ਲੋਕਾਂ ਨੂੰ ਇੱਦਾਂ ਲੱਗਣ ਲੱਗ ਗਿਆ ਕਿ ਸਿੰਗਰ ਬਣ ਜਾਓ, ਇੱਕ ਤਾਂ ਤੁਸੀਂ ਬਾਹਰ ਘੁੰਮ ਲਓਗੇ, ਸ਼ੋਜ਼ ਮਿਲ ਜੂਗੇ, ਸਟਾਰ ਬਣ ਜੂਗੇ, ਫੇਮਸ ਹੋ ਜੂਗੇ, ਸੋ ਬੈਸਟ ਆਪਸ਼ਨ ਹੈ ਸਿੰਗਰ ਬਣ ਜਾਓ, ਬਾਕੀ ਚੀਜ਼ਾਂ ਆਪਣੇ ਆਪ ਹੀ ਕੰਪਲੀਟ ਹੋ ਜਾਣੀਆਂ, ਬਟ ਇਟਸ ਕੁਆਇਟ ਡਿਫੀਕਲਟ। ਐਂਡ ਹੋਰ ਕੀ ਕੀ ਹੈ ਇੰਟਰਸਟਿੰਗ, ਅਸੀਂ ਗੱਲਾਂ ਬਾਤਾਂ ਦੇ ਥਰੂ ਅਸੀਂ ਇਹਨਾਂ ਨੂੰ ਦੱਸਦੇ ਰਹਾਂਗੇ, ਯਾਨੀ ਕਿ ਤੁਹਾਡੇ ਫੈਨਸ ਨੂੰ, ਸਾਡੀ ਆਡੀਅੰਸ ਨੂੰ। ਲੇਕਿਨ ਹੁਣ ਵੇਲਾ ਹੋ ਗਿਆ ਜੀ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ, ਅਤੇ ਬਸ ਅਸੀਂ ਹੁਣੇ ਗਏ ਅਤੇ ਹੁਣੇ ਆਏ, ਮਿਲਦੇ ਹਾਂ ਆਫਟਰ ਦਾ ਬ੍ਰੇਕ। ਵੈਲਕਮ ਬੈਕ ਹੈ ਜੀ ਤੁਹਾਡਾ ਸਾਰਿਆਂ ਦਾ, ਇਹ ਹੈ PTC ਸ਼ੋਕੇਸ, ਜਿਸ ਵਿੱਚ ਹੁੰਦੀਆਂ ਨੇ ਢੇਰ ਸਾਰੀਆਂ ਗੱਲਾਂ, ਬਹੁਤ ਸਾਰੀ ਮਸਤੀ ਅਤੇ ਜੀ ਫਨ ਐਂਡ ਮਿਊਜ਼ਿਕ ਤੋਂ ਬਿਨਾਂ ਕਿੱਥੇ ਗੱਲਬਾਤ ਹੁੰਦੀ ਹੈ ਕੰਪਲੀਟ ਜੀ। ਬਿਲਕੁਲ, ਅੱਜ ਸਾਡੇ ਨਾਲ ਨੇ ਜੱਸੀ ਗਿੱਲ ਅਤੇ ਹੋਰੀਆਂ ਨੇ ਬਹੁਤ ਸਾਰੀਆਂ ਗੱਲਾਂ, ਕਿਉਂਕਿ ਆਉਣ ਵਾਲੀ ਉਹਨਾਂ ਦੀ ਫਿਲਮ ਹਾਈ ਐਂਡ ਯਾਰੀਆਂ। ਅੱਛਾ, ਹਾਈ ਐਂਡ ਯਾਰੀਆਂ ਤੋਂ ਕੋਈ ਇੱਕ ਇੱਦਾਂ ਦਾ ਮੂਮੈਂਟ ਹੈ ਜੱਸੀ ਤੁਹਾਡੀ ਆਪਦੀ ਲਾਈਫ ਦਾ, ਜਿਹੜਾ ਕਦੀ ਤੁਹਾਡੇ ਦਿਮਾਗ 'ਚੋਂ ਹਟਦਾ ਹੀ ਨਹੀਂ, ਹਮੇਸ਼ਾ ਸਮਾਈਲ ਦਿੰਦਾ ਕੋਈ ਵੀ ਫਰੈਂਡਸ਼ਿਪ ਦਾ ਇਹੋ ਜਿਹਾ ਮੂਮੈਂਟ? ਜਿਵੇਂ ਤੁਹਾਨੂੰ ਆਪਾਂ ਇੰਟਰਵਿਊ 'ਚ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਹੀ ਰਹਿਣਾ ਆਲਮੋਸਟ, ਕਿਉਂਕਿ ਹੁਣ ਮੈਂ ਇੱਥੇ ਅਸੀਂ ਰਹਿੰਦੇ ਹਾਂ ਤਾਂ ਟਰੈਵਲਿੰਗ ਟਾਈਮ ਵੀ ਸਾਰੇ ਦੋਸਤ ਹੁੰਦੇ ਨਾਲ, ਸ਼ੋਜ਼ 'ਤੇ ਵੀ ਦੋਸਤ ਹੁੰਦੇ ਆ, ਅਤੇ ਆਫਿਸ ਵੀ ਦੋਸਤ, ਸੋ ਸਾਡੀ ਹਰ ਰੋਜ਼ ਹੀ ਉਹ ਆ, ਕਿਉਂਕਿ ਜਦੋਂ ਵੀ ਅਸੀਂ ਵਿਹਲੇ ਹੁੰਦੇ ਹਾਂ, ਅਸੀਂ ਸ਼ਾਮ ਨੂੰ ਜਦੋਂ ਘਰ ਜਾਣਾ, ਅਸੀਂ ਇਹ ਨਹੀਂ ਹੈਗਾ ਕਿ ਆਪਣੇ ਆਪਣੇ ਜਾ ਕੇ ਬਹਿ ਗਏ, ਅਸੀਂ ਪੂਰਾ ਘੰਟਾ ਡੇਢ ਘੰਟਾ ਬਹਿ ਕੇ ਜਾਂ ਕੋਈ ਫਿਲਮ ਦੇਖਣੀ ਹੈ ਜਾਂ ਬਹਿ ਕੇ ਗੱਲਾਂ ਕਰਨੀਆਂ ਨੇ, ਇਹ ਸਾਡਾ ਪੱਕਾ ਹਰ ਰੋਜ਼ ਦੀ ਰੂਟੀਨ ਆ, ਜੋ ਅਸੀਂ ਬਹਿਣਾ ਹੀ ਬਹਿਣਾ ਸਾਰੇ ਜਾਣਿਆਂ ਨੇ, ਸੋ ਬਹੁਤ ਸਾਰੀ ਐਵੇਂ ਦੀ ਮਸਤੀ ਚੱਲਦੀ ਰਹਿੰਦੀ ਆ। ਮੈਂ ਮਤਲਬ ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਂ ਇਸ ਫੀਲਡ 'ਚ ਆਇਆ ਜਾਂ ਇਸ ਕੰਮ 'ਚ ਆਇਆ, ਕਿਉਂਕਿ ਇੱਕ ਤਾਂ ਇੱਥੇ ਆਪਣਾ ਦਿਲ ਲੱਗਦਾ, ਸੋ ਦੂਸਰਾ ਤੁਹਾਡੇ ਜਿਹੜੇ ਮੇਰੇ ਨਾਲ ਦੇ ਨੇ ਉਹ ਵੀ ਸਾਰੇ ਇਸ ਫੀਲਡ ਦੇ ਨਾਲ ਜੁੜੇ, ਉਹਨਾਂ ਦਾ ਆਪਣਾ ਇੰਟਰਸਟ ਆ ਸਾਰਿਆਂ ਦਾ ਇਸ ਮਿਊਜ਼ਿਕ ਦੇ ਵਿੱਚ, ਸਾਡੀ ਫੀਲਡ ਦੇ ਵਿੱਚ, ਸੋ ਜਦੋਂ ਇਕੱਠੇ ਬੈਠੀ ਦਾ ਤੋ ਗੱਲਾਂ ਬਾਤਾਂ ਬਹੁਤ ਹੁੰਦੀਆਂ ਰਹਿੰਦੀਆਂ ਨੇ, ਹੈ ਨਾ। ਮੈਂ ਉਹੀ ਸੋਚਦੀ ਹਾਂ, ਤੁਸੀਂ ਮੈਨੂੰ ਇੱਕ ਗੱਲ ਦੱਸੋ ਸਹੀ ਸਹੀ ਵਾਲੀ, ਹੈ ਨਾ, ਜਦੋਂ ਆਪਾਂ ਫਰੈਂਡ ਸਰਕਲ 'ਚ ਬੈਠਦੇ ਹਾਂ, ਮਤਲਬ ਮੈਂ ਤਾਂ ਹੁਣ ਤੁਹਾਡੇ ਨਾਲ ਵੀ ਜਿੱਦਾਂ ਗੱਲ ਕਰ ਰਹੀ ਹਾਂ, ਆਪਾਂ ਇੱਦਾਂ ਹੀ ਗੱਲ ਕਰਦੇ ਹਾਂ, ਮਤਲਬ ਜਦੋਂ ਸਟਾਰ ਬਣ ਜਾਂਦਾ ਕੋਈ ਬੰਦਾ, ਅਤੇ ਉਹ ਸੋਚਦਾ ਬਹਿ ਕੇ ਕਿਤੇ ਮੈਨੂੰ ਆਹ ਸਵਾਲ ਪੁੱਛੋ ਕਿ ਮੈਂ ਨਾ ਇੱਦਾਂ ਇੱਦਾਂ ਜਵਾਬ ਦੇਣਾ, ਸੋਫਿਸਟੀਕੇਟਡ ਟਾਈਪ, ਇੱਦਾਂ ਸੋਚ ਸਮਝ ਕੇ। ਮੈਂ ਸੱਚੀ ਦੱਸਾਂ ਜੀ, ਐਜ਼ ਇਟ ਇਜ਼ ਜਿੱਦਾਂ ਹੈਗੇ ਹੋ ਤੁਸੀਂ ਉੱਦਾਂ ਹੀ ਜਵਾਬ ਦਿੰਦੇ ਹੋ। ਨਹੀਂ, ਮੈਂ ਉਹੀ ਤੁਹਾਨੂੰ ਦੱਸਣਾ ਚਾਹੁੰਦੀ, ਪਰ ਮੈਂ ਨਾ ਇਹ ਮੈਂ ਤਾਂ ਬੋਲ ਦਿੰਦਾ, ਮੈਨੂੰ ਹੁੰਦਾ ਹੁੰਦਾ ਕਿ ਤੁਸੀਂ ਜੋ ਤੁਹਾਡੇ ਦਿਲ 'ਚ ਆ ਉਹ ਬੋਲ ਦਿਓ, ਸਹੀ ਉਹ ਜ਼ਿਆਦਾ ਚੰਗਾ ਡਿਲੀਵਰ ਹੁੰਦਾ, ਕਿਉਂਕਿ ਲੋਕ ਅੱਜ ਦੇ ਟਾਈਮ ਬਹੁਤ ਸਿਆਣੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਕੌਣ ਕਿਵੇਂ ਬੋਲ ਰਿਹਾ। ਪਰ ਮੈਂ 2 ਸਾਲ ਪਹਿਲਾਂ ਮੇਰੇ ਨਾਲ ਇੱਕ ਇੰਸੀਡੈਂਟ ਐਵੇਂ ਦਾ ਹੋ ਗਿਆ ਸੀਗਾ, ਜਿਹਦੇ ਕਰਕੇ ਮੈਂ ਥੋੜ੍ਹਾ ਜਿਹਾ ਮੀਡੀਆ ਤੋਂ ਬੋਲਣ ਲੱਗਿਆ, ਸੋਚਦਾ ਹੁਣ ਮੈਂ ਸੋਚਦਾ ਲੈਣਾ ਥੋੜ੍ਹਾ ਬਹੁਤ। ਅਸੀਂ ਇੱਕ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ ਉਹ ਟਾਈਮ, ਅਤੇ ਸਾਡੇ ਨਾਲ ਕੋਈ ਨਿਊਜ਼ ਚੈਨਲ ਵਾਲੇ ਆਏ, ਉਹਨਾਂ ਨੇ ਸਾਨੂੰ ਸਵਾਲ ਕੀਤਾ ਆ ਕਿ ਇਸ ਰਿਲੇਟਡ, ਕਿਉਂਕਿ ਮੈਂ ਕੋਈ ਐਡਾ ਮੈਨੂੰ ਨੌਲੇਜ ਇੰਨੀ ਕੁ ਜ਼ਿਆਦਾ ਕਿ ਮੈਂ ਕੁਛ ਇਸ ਟੋਪਿਕ 'ਤੇ ਕਹਿ ਸਕਾਂ, ਮੈਂ ਉਹਨਾਂ ਨੂੰ ਕਹਿਤਾ ਸੀ ਭਾਅ ਜੀ ਮੈਂ ਕੁਛ ਇਹਦੇ ਬਾਰੇ ਕਹਿ ਨਹੀਂ ਸਕਦਾ ਹੈਗਾ, ਕਿਉਂਕਿ ਇੰਨਾ ਕੁ ਮੁੱਦਾ ਉਹ ਹੁੰਦਾ ਕਿ ਤੁਸੀਂ ਕੁਛ ਵੀ ਬੋਲਿਆ ਤੁਹਾਡਾ ਕੁਛ ਵੀ ਗਲਤ ਹੋ ਸਕਦਾ। ਸੋ ਉਹਨਾਂ ਨੇ ਆਪਣੀ ਨਿਊਜ਼ ਬਣਾਉਣ ਦੇ ਲਈ ਇਨਡਾਇਰੈਕਟ ਵੇ ਦੇ ਨਾਲ ਕਹਿੰਦੇ ਵੀ ਸਾਨੂੰ ਪੁੱਛ ਕੇ ਤੁਸੀਂ ਦਿਵਾਲੀ ਕਿਵੇਂ ਮਨਾਉਂਦੇ ਸੀ ਅਤੇ ਇਸ ਵਾਰ ਕਿਵੇਂ ਮਨਾਓਗੇ। ਮੈਂ ਕਿਹਾ ਜੀ ਛੋਟੇ ਹੁੰਦੇ ਸੀ ਪਟਾਕੇ ਵਜਾਉਂਦੇ ਸੀਗੇ, ਹੁਣ ਉਹ ਸ਼ੌਕ ਤਾਂ ਰਿਹਾ ਨੀਗਾ, ਪਰ ਹੁਣ ਚਲੋ 11 ਦੋਸਤਾਂ ਨਾਲ ਬਹਿ ਕੇ ਪਾਰਟੀ ਕਰ ਲਾਂਗੇ, ਹੋਰ ਕੀ ਕਰ ਸਕਦੇ ਹਾਂ, 11 ਦੋਸਤਾਂ ਨਾਲ ਬਹਿ ਜਾਂਗੇ, ਮੈਂ ਇੰਨੀ ਗੱਲ ਕੀਤੀ। ਅਤੇ ਮੈਂ ਹਜੇ ਸ਼ਾਮ ਨੂੰ ਘਰ ਗਿਆ, ਸ਼ਾਮ ਨੂੰ ਟਾਈਟਲ ਲੱਗਿਆ ਹੋਇਆ ਕਿ ਪੂਰਾ ਪੰਜਾਬ ਮਨਾਊਗਾ ਕਾਲੀ ਦਿਵਾਲੀ, ਜੱਸੀ ਬੱਬਲ ਕਰਨਗੇ ਪਾਰਟੀ। ਤੋ ਉਹ ਚੀਜ਼ ਤੋਂ ਬਾਅਦ ਮੈਨੂੰ ਬੜਾ ਹਰਟ ਹੋਇਆ ਕਿ ਯਾਰ ਇੱਦਾਂ ਨਹੀਂ ਕਰਨਾ, ਜਿੱਦਾਂ ਆਪਣੀ TRP ਦੇ ਲਈ। ਹੁਣ ਵੀ ਬਹੁਤ ਸਾਰੇ ਤੁਸੀਂ ਯੂਟਿਊਬ 'ਤੇ ਵੀਡੀਓਜ਼ ਦੇਖੋ ਜਾ ਕੇ, ਮੋਸਟਲੀ ਟਾਈਟਲ ਕੁਛ ਹੋਰ ਹੁੰਦਾ, ਸਿਰਫ ਆਪਣੀ ਵੀਡੀਓਜ਼ ਦੇ ਵਿਊਜ਼ ਦੇ ਲਈ ਕੁਛ ਵੀ ਲਿਖ ਕੇ ਕੁਛ ਵੀ ਪਾ ਆਉਂਦੇ ਆ। ਸੋ ਉਹ ਚੀਜ਼ ਮੈਨੂੰ ਥੋੜ੍ਹੀ ਜਿਹੀ ਹੁਣ ਥੋੜ੍ਹਾ ਡਰ
ਇੱਕ ਸੱਚੀ ਗੱਲ ਕਰ ਸਕਾਂ ਬਸ ਜੋ ਹੈ ਕੋਈ ਬਣਾ ਕੇ ਨਾ ਗੱਲ ਕਰ ਸਕਾਂ ਜੀ ਸੱਸੇ ਤੋਂ ਸਟਾਰ ਸੱਸੇ ਤੋਂ ਸਿਆਣੇ ਹੋ ਗਏ ਤੁਸੀਂ ਨਾਲ ਦੇ ਨਾਲ ਹੀ ਹੈ ਨਾ ਟਾਈਮ ਸਿਖਾਉਂਦੇ ਨਹੀਂ ਟਾਈਮ ਸਿਖਾ ਮੈਂ ਤੁਹਾਨੂੰ ਹਰ ਚੀਜ਼ ਦਾ ਐਕਸਪੀਰੀਅੰਸ ਹੁੰਦਾ ਹਰ ਚੀਜ਼ ਜਦ ਤੁਸੀਂ ਫੀਲਡ 'ਚ ਜਾਂਦੇ ਹੋ ਬਹੁਤ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਇੱਦਾਂ ਸਾਡੀ ਇਸ ਫੀਲਡ ਦੇ ਵਿੱਚ ਇੱਦਾਂ ਦੀਆਂ ਹੋਈਆਂ ਨੇ ਕਿ ਜਿਹੜੀਆਂ ਮੈਂ ਪਹਿਲਾਂ ਨਹੀਂ ਸੋਚਦਾ ਸੀਗਾ ਹੌਲੀ ਹੌਲੀ ਤੁਹਾਨੂੰ ਸੋਚਣੀਆਂ ਪੈਂਦੀਆਂ ਨੇ ਸੋ ਪਰ ਮੈਂ ਠੀਕ ਹੈ ਹਰ ਟਾਈਮ ਦੇ ਨਾਲ ਅਕਲ ਆਉਂਦੀ ਹੈ ਬੰਦੇ ਨੂੰ ਅੱਛਾ ਦੱਸੀ ਸਟਾਰ ਫੀਲਿੰਗ ਕਿੰਨੀ ਕੁ ਆਉਂਦੀ ਹੈ ਜਾਂ ਕਦੋਂ ਕਦੋਂ ਆਉਂਦੀ ਹੈ ਇਹ ਚੀਜ਼ ਚੰਗੀ ਲੱਗਦੀ ਹੈ ਜਦੋਂ ਇੰਨੇ ਮੈਸੇਜ ਆਉਂਦੇ ਆ ਇੰਨੇ ਲੋਕ ਤੁਹਾਨੂੰ ਦੇਖ ਕੇ ਪਹਿਚਾਣ ਲੈਂਦੇ ਆ ਮੈਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਮੈਂ ਕਿਤੇ ਪੰਜਾਬ ਤੋਂ ਬਾਹਰ ਗਿਆ ਜਾਂ ਕਿਤੇ ਗਏ ਹੋਏ ਹਾਂ ਜਿਵੇਂ ਅਸੀਂ ਆਗਰਾ ਘੁੰਮਣ ਗਏ ਜਾਂ ਕਿਤੇ ਹੋਰ ਗਏ ਕਿਤੇ ਵੀ ਜਾਈਦਾ ਪੰਜਾਬ ਦੇ ਵਿੱਚ ਸੋ ਜਦੋਂ ਤੁਸੀਂ ਗਾਉਣ ਨਹੀਂ ਗਏ ਤੁਸੀਂ ਨੋਰਮਲ ਗਏ ਹੋ ਤਾਂ ਤੁਹਾਨੂੰ ਤੁਸੀਂ ਬਾਲ ਬੁਲ ਵੀ ਨਹੀਂ ਬਣਾਏ ਹੁੰਦੇ ਉਵੇਂ ਕੈਪ ਲੈ ਕੇ ਉਹਨਾਂ ਤੁਹਾਨੂੰ ਪਹਿਚਾਣ ਕੇ ਕਹਿ ਦੇਵੇ ਕਿ ਮੈਂ ਤੁਹਾਨੂੰ ਜਾਣਦਾ ਭਾਈ ਤੁਹਾਡੇ ਗਾਣੇ ਸੁਣੇ ਜਾਂ ਇਸ ਜਗ੍ਹਾ 'ਤੇ ਜਾ ਕੇ ਜਿੱਥੇ ਤੁਹਾਨੂੰ ਲੱਗਦਾ ਪੰਜਾਬੀ ਮਿਊਜ਼ਿਕ ਸੁਣਦੇ ਨਹੀਂ ਹੋਣਗੇ ਉੱਥੇ ਸੁਣਦੇ ਸੋ ਬੜੀ ਖੁਸ਼ੀ ਹੁੰਦੀ ਹੈ ਸੋ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਨੂੰ ਮੇਰੇ ਘਰ ਤੋਂ ਬਾਹਰ ਜਾਂ ਮੇਰੇ ਪਿੰਡ ਤੋਂ ਬਾਹਰ ਮੈਨੂੰ ਕੋਈ ਜਾਣਦਾ ਹੋਊਗਾ ਮੈਨੂੰ ਪਿੰਡ 'ਚ ਵੀ ਯਾਦ ਆ ਕਿ ਮੈਨੂੰ ਇਹ ਕਹਿੰਦਾ ਸੀ ਆੜ੍ਹਤੀਆਂ ਦਾ ਮੁੰਡਾ ਜਾਂ ਉਹਨਾਂ ਦਾ ਮੁੰਡਾ ਮਤਲਬ ਇਹ ਆਪਣੇ ਖਾਸ ਕਰਕੇ ਪਿੰਡਾਂ 'ਚ ਇੱਦਾਂ ਹੀ ਹੁੰਦਾ ਸੋ ਮੇਰੇ ਦਿਮਾਗ 'ਚ ਇਹ ਨਹੀਂ ਸੀਗਾ ਕਦੇ ਕਿ ਮੈਨੂੰ ਮੇਰੇ ਨਾਂ ਨਾਲ ਐਂ ਜਾਣਦੇ ਹੋਣਗੇ ਸੋ ਅੱਜ ਦੇ ਟਾਈਮ ਜਦੋਂ ਤੁਹਾਡਾ ਨਾਮ ਜਾਣਦੇ ਤੁਹਾਡੀ ਸ਼ਕਲ ਜਾਣਦੇ ਸੋ ਮੇਰਾ ਮੈਂ ਉਹੀ ਬਲੈਸਡ ਫੀਲ ਕਰਦਾ ਮੈਂ ਸੋਚਦਾ ਕਿ ਬਾਬਾ ਜੀ ਦੀ ਮਿਹਰ ਹੋਈ ਹੈ ਇਹ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀ ਆ ਮਤਲਬ ਲਿਮਿਟਡ ਲੋਕਾਂ ਨੂੰ ਹਰ ਬੰਦੇ ਦੀ ਕਿਸਮਤ 'ਚ ਨਹੀਂ ਹੁੰਦਾ ਮੈਨੂੰ ਮਿਲੀ ਆ ਮੈਂ ਬਹੁਤ ਖੁਸ਼ਕਿਸਮਤ ਹਾਂ ਅਤੇ ਮੈਂ ਚਾਹੁੰਦਾ ਕਿ ਅਗਰ ਮੈਂ ਇਹਦੇ ਨਾਲ ਜਿੰਨਾ ਕੁ ਆਪਣੇ ਆਪ ਨੂੰ ਖੁਸ਼ੀ ਦੇ ਸਕਾਂ ਜਾਂ ਇਸ ਕੰਮ ਦੇ ਨਾਲ ਲੋਕਾਂ ਨੂੰ ਖੁਸ਼ੀ ਦੇ ਸਕਾਂ ਮੈਨੂੰ ਇਹ ਤੋਂ ਵੱਧ ਹੋਰ ਕੁਛ ਨਹੀਂ ਚਾਹੀਦਾ ਤੁਹਾਡੇ ਫੈਨਸ ਬਹੁਤ ਖੁਸ਼ ਨੇ ਤੁਹਾਡੇ ਕੰਮ ਨੂੰ ਲੈ ਕੇ ਮੇਰੇ ਫੈਨਸ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਉਹ ਬਹੁਤ ਦਿਲੋਂ ਜੁੜੇ ਹੋਏ ਆ ਕਿਉਂਕਿ ਜਦੋਂ ਵੀ ਮੈਂ ਇੰਸਟਾਗ੍ਰਾਮ ਜਾਂ ਕਿਤੇ ਵੀ ਜਾਂਦਾ ਉਹ ਹੈਂਡਮੇਡ ਪੇਂਟਿੰਗਸ ਜਾਂ ਪੋਰਟਰੇਟ ਬਣਾ ਕੇ ਭੇਜਦੇ ਆ ਕਾਰਡਸ ਬਣਾ ਕੇ ਭੇਜਦੇ ਆ ਮੈਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਕਿਉਂਕਿ ਉਹ ਮੈਂ ਕਦੇ ਸੋਚ ਨਹੀਂ ਸਕਦਾ ਮੈਨੂੰ ਮੇਰੇ ਤੋਂ ਸਕੂਲ ਦੇ ਵਿੱਚੋਂ ਡਰਾਇੰਗ ਜਿਹੜੀ ਉਹ ਪਹਾੜਾਂ ਵਾਲੀ ਪਿੱਛ ਪੰਛੀ ਉੜਦਾ ਮੈਂ ਤਾਂ ਉਹ ਨਹੀਂ ਕਦੇ ਸਿੱਧੀ ਬਣੀ ਸੀਗੀ ਅੱਜ ਤੱਕ ਜ਼ਿੰਦਗੀ 'ਚ ਪਰ ਲੋਕ ਇੰਨੀ ਮਿਹਨਤ ਕਰਦੇ ਕਿ ਤੁਹਾਡੇ ਲਈ ਬਹਿ ਕੇ ਟਾਈਮ ਕੱਢ ਕੇ ਤੁਹਾਡੇ ਲਈ ਤੁਹਾਨੂੰ ਖੁਸ਼ ਕਰਨ ਦੇ ਲਈ ਜਾਂ ਤੁਹਾਨੂੰ ਪ੍ਰੈਜੈਂਟ ਕਰਨ ਦੇ ਲਈ ਤੁਹਾਨੂੰ ਕੁਛ ਚੀਜ਼ ਦੇਣ ਦੇ ਲਈ ਕਿ ਹਾਂ ਭਾਈ ਆਹ ਤੁਹਾਡੇ ਲਈ ਬਣਾਈ ਆ ਉਹ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਮੈਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਜਦੋਂ ਕੋਈ ਆਪਣੇ ਹੱਥ ਦੇ ਨਾਲ ਮਿਹਨਤ ਕਰਕੇ ਭੇਜਦਾ ਕਿਉਂਕਿ ਟਾਈਮ ਬਹੁਤ ਲੱਗਦਾ ਉਹਦੇ ਲਈ ਸੋ ਅੱਜ ਦੇ ਲੋਕਾਂ ਕੋਲ ਆਪਣੇ ਲਈ ਟਾਈਮ ਨਹੀਂ ਹੈਗਾ ਤੁਹਾਡੇ ਲਈ ਟਾਈਮ ਕੱਢਦੇ ਆ ਸੋ ਮੈਂ ਤਾਂ ਥੈਂਕਸ ਕਰਨਾ ਚਾਹੁੰਦਾ ਮੈਂ ਫਿਰ ਕਹਿਣਾ ਮੈਂ ਬਹੁਤ ਬਲੈਸਡ ਹਾਂ ਕਿ ਮੈਨੂੰ ਇਸ ਫੀਲਡ 'ਚ ਕੰਮ ਕਰਨ ਦਾ ਮੌਕਾ ਮਿਲਿਆ ਰਾਈਟ ਐਂਡ ਇਹ ਇਨਡਾਇਰੈਕਟਲੀ ਇਹੀ ਕਹਿ ਰਹੇ ਨੇ ਕਿ ਤੁਸੀਂ ਚਾਹੋ ਤੇ ਹੁਣ ਵੀ ਫਟਾਫਟ ਇਹਨਾਂ ਦਾ ਕੋਈ ਪੋਰਟਰੇ ਵਧੀਆ ਜਿਹਾ ਬਣਾਓ ਤੇ ਇਹਨਾਂ ਨੂੰ ਭੇਜ ਮੇਰੇ ਕੋਲ ਬਹੁਤ ਆਉਂਦੇ ਰਹਿੰਦੇ ਐਂਡ ਮੈਂ ਹੁਣ ਮੋਹਾਲੀ ਰਹਿਣਾ ਪਹਿਲਾਂ ਪਿੰਡ ਰਹਿੰਦਾ ਸੀ ਮੋਸਟਲੀ ਜਿੰਨਾ ਮੇਰੇ ਕੋਲ ਸਮਾਨ ਆਉਂਦਾ ਜਿੰਨਾ ਮੇਰੇ ਕੋਲ ਗਿਫਟਸ ਆਉਂਦੀਆਂ ਨੇ ਮੈਂ ਸਾਰੀਆਂ ਗਿਫਟਸ ਆਪਣੇ ਕੋਲ ਰੱਖਦਾ ਮੈਂ ਚਾਹੁੰਦਾ ਕਿ ਕਦੇ ਮੇਰੇ ਕੋਲ ਮੈਂ ਐਡਾ ਘਰ ਬਣਾਵਾਂ ਜਿਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਇਹ ਲਾ ਸਕਾਂ ਸੋ ਦੈਟ ਮੈਂ ਜਦੋਂ ਮੈਂ ਬੁੜਾ ਹੋਵਾਂ ਜਦੋਂ ਮੈਂ ਇਸ ਫੀਲਡ ਤੋਂ ਵੀ ਜਾਂ ਜਦੋਂ ਮੈਂ ਓਲਡ ਏਜ 'ਚ ਜਾਵਾਂ ਤਾਂ ਮੈਂ ਉਹ ਚੀਜ਼ ਫੀਲ ਕਰ ਸਕਾਂ ਕਿ ਹਾਂ ਵੀ ਮੈਂ ਕੀ ਕੰਮ ਕੀਤਾ ਮੇਰੀ ਅਚੀਵਮੈਂਟਸ ਕੀ ਨੇ ਜਾਂ ਮੈਂ ਉਹ ਲੱਗੀਆਂ ਦੇਖੂੰਗਾ ਤਾਂ ਮੈਨੂੰ ਲੱਗਦਾ ਉਹ ਬਹੁਤ ਖੁਸ਼ੀ ਹੋਊਗੀ ਕਿ ਮੈਨੂੰ ਇੰਨਾ ਪਿਆਰ ਕਰਦੇ ਸੀ ਲੋਕ ਜੀ ਐਂਡ ਪਿਆਰ ਨੇ ਤਾਂ ਹੁਣ ਤੁਹਾਨੂੰ ਬਾਲੀਵੁੱਡ ਵਿੱਚ ਵੀ ਜੀ ਭੇਜਤਾ ਹੈ ਨਾ ਸੋ ਵਾਟਸ ਦਾ ਪਲਾਨ ਐਂਡ ਵਾਟਸ ਨੈਕਸਟ ਅਸੀਂ ਮੇਰੀ ਨੈਕਸਟ ਫਿਲਮ ਸ਼ੂਟ ਚੱਲ ਰਹੀ ਹੈ ਜੀ ਪੰਗਾ ਕੰਗਨਾ ਦੇ ਨਾਲ ਅਤੇ ਫੌਕਸ ਦੀ ਫਿਲਮ ਆ ਉਹ ਅਸ਼ਵਨੀ ਅਈਅਰ ਮੈਮ ਡਾਇਰੈਕਟ ਕਰ ਰਹੇ ਨੇ ਉਹਦਾ ਇੱਕ ਸਕੈਜੂਲ ਸਾਡਾ ਪੂਰਾ ਹੋ ਚੁੱਕਿਆ ਅਤੇ ਦੂਸਰਾ ਸਕੈਜੂਲ ਮੈਂ ਥੋੜ੍ਹੇ ਦਿਨਾਂ ਸ਼ੁਰੂ ਕਰਨਾ ਜਾ ਕੇ ਅਤੇ ਉਹ ਫਿਲਮ ਰਿਲੀਜ਼ ਹੋ ਜੂ ਅਤੇ ਇੱਕ ਦੋ ਹੋਰ ਬਹੁਤ ਚੰਗੇ ਮੇਰੇ ਕੋਲ ਹੈਗੇ ਆ ਕੋਨਸੈਪਟ ਜਿਹੜੇ ਕਿ ਅਸੀਂ ਆਲਮੋਸਟ ਡਨ ਨੇ ਪਰ ਮੈਂ ਹਜੇ ਰਿਵੀਲ ਨਹੀਂ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਉਹਦੀ ਅਨਾਊਂਸਮੈਂਟ ਚੰਗੇ ਤਰੀਕੇ ਨਾਲ ਤਾਂ ਜ਼ਿਆਦਾ ਬੈਟਰ ਆ ਪਰ ਬਾਬਾ ਜੀ ਦੀ ਮਿਹਰ ਨਾਲ ਬਹੁਤ ਵਧੀਆ ਕੰਮ ਆ ਮੈਂ ਬਹੁਤ ਖੁਸ਼ ਹਾਂ ਕਿ ਜਿੰਨਾ ਵੀ ਮੇਰੀ ਲਾਈਫ 'ਚ ਹੁਣ ਤੱਕ ਹੋਇਆ ਜਾਂ ਹੁਣ ਹੋ ਰਿਹਾ ਮੈਂ ਸੈਟਿਸਫਾਈਡ ਹਾਂ ਕੰਗਨਾ ਮੇਰੀ ਬਹੁਤ ਮੋਸਟ ਫੇਵਰੇਟ ਹੈ ਮੈਨੂੰ ਲੱਗਦਾ ਸਾਰਿਆਂ ਦੀ ਬਹੁਤ ਫੇਵਰੇਟ ਹੈ ਸੋ ਉਹਨਾਂ ਬਾਰੇ ਕੋਈ ਦੋ ਗੱਲਾਂ ਜਿਹੜੀਆਂ ਤੁਸੀਂ ਅਡਾਪਟ ਕੀਤੀਆਂ ਹੁਣ ਬਹੁਤ ਮਿਹਨਤ ਜੀ ਅਤੇ ਤੁਸੀਂ ਜਦੋਂ ਐਕਟ ਕਰਦੇ ਆ ਤੁਸੀਂ ਮਤਲਬ ਤੁਹਾਨੂੰ ਪਤਾ ਲੱਗਦਾ ਕਿ ਕੈਰੈਕਟਰ ਕੀ ਹੁੰਦਾ ਉਹਨਾਂ ਦੇ ਹਰ ਇੱਕ ਚੀਜ਼ ਬੋਲਣ ਦਾ ਤਰੀਕਾ ਚੱਲਣ ਦਾ ਤਰੀਕਾ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਇਹ ਕੰਗਨਾ ਨਹੀਂ ਇਹ ਉਹੀ ਬੰਦਾ ਮੈਨੂੰ ਇਹ ਚੀਜ਼ ਉਹਨਾਂ ਦੀ ਬਹੁਤ ਚੰਗੀ ਲੱਗੀ ਫਿਲਮ ਦੇ ਵਿੱਚ ਅਤੇ ਮਿਹਨਤ ਬਹੁਤ ਕਰਦੇ ਆ ਖਾਸ ਕਰਕੇ ਅਤੇ ਨੇਚਰ ਬਹੁਤ ਵਧੀਆ ਆਪਣੇ ਇਹ ਨਹੀਂ ਹੈਗਾ ਕਿ ਮੈਨੂੰ ਬਹੁਤ ਲੋਕਾਂ ਨੇ ਪਹਿਲਾਂ ਕਿਹਾ ਸੀ ਥੋੜ੍ਹਾ ਵੀ ਮਤਲਬ ਥੋੜ੍ਹਾ ਗੁੱਸੇ ਵਾਲੀ ਹੈ ਇੱਦਾਂ ਮਤਲਬ ਹਾਂਜੀ ਕਹਿ ਸਕਦੇ ਪਰ ਮੈਂ ਜਦੋਂ ਮਿਲਿਆ ਉਹਨਾਂ ਨੂੰ ਮੈਨੂੰ ਕੋਈ ਐਵੇਂ ਦੀ ਗੱਲ ਫੀਲ ਨਹੀਂ ਮੈਨੂੰ ਤਾਂ ਅਸੀਂ ਉਹ ਚੰਡੀਗੜ੍ਹ ਤੋਂ ਪੜ੍ਹੇ ਆ ਇੱਥੇ ਸੋ ਜਦ ਵੀ ਅਸੀਂ ਬਹਿਨੇ ਅਸੀਂ ਚੰਡੀਗੜ੍ਹ ਦੀਆਂ ਗੱਲਾਂ ਕਰਦੇ ਹਾਂ ਬਹੁਤ ਸਾਰੀਆਂ ਸੋ ਬੜਾ ਮੈਨੂੰ ਬੜਾ ਮਜ਼ਾ ਆ ਰਿਹਾ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਜੀ ਰਾਈਟ ਐਂਡ ਹੋਪ ਇਦਾਂ ਹੀ ਤੁਸੀਂ ਸਿੱਖਦੇ ਰਹੋ ਐਂਡ ਇਦਾਂ ਹੀ ਤੁਸੀਂ ਬਲੇਸਡ ਰਹੋ ਤੇ ਅੱਗੇ ਵਧਦੇ ਰਹੋ ਓਕੇ ਜਸੀ ਕੋਈ ਇੱਕ ਫੈਕਟਰ ਦੱਸੋ ਹਾਈ ਐਂਡ ਯਾਰੀਆਂ ਦਾ ਕਿ ਲੋਕ ਉਸ ਨੂੰ ਦੇਖਣ ਕਿਉਂ ਆਣ ਮੈਨੂੰ ਲੱਗਦਾ ਕਿ
ਆਪਣੇ ਪੇਰੈਂਟਸ ਦੇ ਨਾਲ ਅਟੈਚਮੈਂਟ ਦਾ ਵੀ ਪਤਾ ਲੱਗਦਾ ਕਿ ਹਾਂ ਅਗਰ ਤੁਸੀਂ ਆਪਣੇ ਬੱਚੇ ਵੱਲ ਨਹੀਂ ਧਿਆਨ ਦੇ ਰਹੇ ਜਾਂ ਤੁਸੀਂ ਆਪਣੇ ਬੱਚੇ ਦੇ ਨਾਲ ਨਹੀਂ ਇੰਨੀ ਖੁੱਲ੍ਹ ਕੇ ਗੱਲ ਕਰ ਰਹੇ ਤਾਂ ਉਹਦੇ ਉੱਤੇ ਕੀ ਅਸਰ ਪੈਂਦਾ, ਉਹ ਵੀ ਇੱਕ ਚੀਜ਼ਾਂ ਦੇਖਣ ਨੂੰ ਮਿਲਗੀਆਂ। ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਨੇ, ਮਤਲਬ ਮੈਨੂੰ ਲੱਗਦਾ ਕਿ ਪੂਰਾ ਫੈਮਿਲੀ ਐਂਟਰਟੇਨਮੈਂਟ ਆ, ਤੁਸੀਂ ਜਾਓਗੇ ਤਾਂ ਇੰਜੋਏ ਕਰਕੇ ਆਓਗੇ। ਅੱਛਾ, ਬਹੁਤ ਸਾਰੇ ਲੋਕਾਂ ਦਾ ਮਾਈਂਡ ਦੇ ਵਿੱਚ ਇਹ ਬੈਠ ਗਈ ਹੈ ਗੱਲ ਕਿ ਸਾਰੀ ਫਿਲਮ ਰਿਵੀਲ ਕਰਤੀ ਹੈ ਜਦੋਂ ਗੁਰਨਾਮ ਦੀ ਐਂਟਰੀ ਹੁੰਦੀ ਹੈ, ਇਜ਼ ਇਟ ਟਰੂ? ਮੈਨੂੰ ਨਹੀਂ ਲੱਗਦਾ ਜੀ, ਹੁਣ ਹੁਣ ਦੇਰ ਇਜ਼ ਸਮ ਫੈਕਟਰ। ਹਾਂਜੀ, ਇੱਕ ਚੀਜ਼ਾਂ, ਕਿਉਂਕਿ ਹੁਣ ਪੰਕਜ ਬਾਜੀ ਇੰਨੇ ਕੱਚੇ ਤਾਂ ਹੈ ਨਹੀਂ ਗਏ, ਅਗਰ ਸੋਚਿਆ ਜਾਵੇ, ਕਿਉਂਕਿ ਉਹਨਾਂ ਨੇ ਇੰਨੀਆਂ ਵੱਡੀਆਂ ਵੱਡੀਆਂ ਫਿਲਮਾਂ ਦਿੱਤੀਆਂ ਨੇ, ਇੰਨੀ ਤਗੜੀਆਂ ਤਗੜੀਆਂ ਫਿਲਮਾਂ, ਹਿੱਟ ਫਿਲਮ ਦਿੱਤੀਆਂ ਨੇ। ਉਹ ਸਿਰਫ ਕਨਫਿਊਜ਼ਨ ਹੈ ਕਿ ਇੱਦਾਂ ਲੱਗੇ, ਬਟ ਬਹੁਤ ਕੁਝ ਓਬਵੀਅਸਲੀ ਇੱਦਾਂ ਹੋਗਾ ਕਿਉਂਕਿ ਪੰਕਜ ਭਾਜੀ ਡਾਇਰੈਕਟਡ ਫਿਲਮ ਹੈ, ਸੋ ਓਬਵੀਅਸਲੀ। ਐਂਡ ਦੱਸੋ ਕਦੋਂ ਆ ਰਹੀ ਹੈ ਫਿਲਮ? 22 ਫੈਬ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਜੀ, ਹਾਈ ਐਂਡ ਯਾਰੀਆਂ, ਜਿਹਦੇ ਵਿੱਚ ਮੇਰੇ ਨਾਲ ਨਿੰਜਾ, ਰਣਜੀਤ ਬਾਵਾ, ਪੰਕਜ ਭਾਜੀ ਨੇ ਡਾਇਰੈਕਟ ਕੀਤੀ ਆ ਅਤੇ ਸਪੀਡ ਰੈਕਰਡਸ ਦੇ ਪਿਟਾਰਾ ਨੇ ਪ੍ਰੋਡਿਊਸ ਕੀਤੀ ਆ। ਸੋ ਜਾ ਕੇ ਤੁਸੀਂ 22 ਫੈਬ ਨੂੰ ਫਿਲਮ ਦੇਖ ਕੇ ਆਇਓ, ਅਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਲੱਗੂਗੀ ਅਤੇ ਇੰਜੋਏ ਕਰੋ ਜਾ ਕੇ। ਆਲ ਦਾ ਵੈਰੀ ਬੈਸਟ ਮੇਰੀ ਤਾਂ ਪੂਰੀ PTC ਦੀ ਟੀਮ ਵੱਲੋਂ। ਥੈਂਕ ਯੂ, ਥੈਂਕ ਯੂ, ਥੈਂਕਸ ਟੂ PTC। PTC ਦਾ ਹਮੇਸ਼ਾ ਬਹੁਤ ਸਾਥ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ। ਮੇਰੀ ਇੱਛਾ ਹੁੰਦੀ ਸੀ ਕਿ ਮੈਂ PTC ਅਵਾਰਡਸ 'ਤੇ ਪਰਫੋਰਮ ਕਰਾਂ, ਕਦੇ ਮੈਨੂੰ ਅਵਾਰਡ ਮਿਲੇ, ਕਦੇ ਜਦੋਂ ਮੈਂ ਕਾਲਜ 'ਚ ਹੁੰਦਾ ਸੀਗਾ। ਸੋ ਮੈਂ ਫਸਟ ਟਾਈਮ 2011 'ਚ ਮੈਂ 12th 'ਚ ਮੈਂ PTC ਅਵਾਰਡਸ 'ਤੇ ਪਰਫੋਰਮ ਕੀਤਾ ਸੀ, ਅਤੇ ਉਦਣ ਤੋਂ ਲੈ ਕੇ ਹੁਣ ਤੱਕ PTC ਨੇ ਬਹੁਤ ਸਪੋਰਟ ਕੀਤੀ ਹੈ। ਸੋ ਥੈਂਕਸ ਟੂ PTC, ਥੈਂਕ ਯੂ ਸੋ ਮਚ। You're most welcome. Thank you. On the behalf of PDC. And ਜੀ ਬਸ ਗੱਲਾਂ ਬਾਤਾਂ ਦਾ ਸਿਲਸਿਲਾ ਕਦੇ ਨਹੀਂ ਮੁੱਕਦਾ। ਬਿਲਕੁਲ, ਅਗਲੀ ਵਾਰ ਅਸੀਂ ਲੈ ਕੇ ਆਵਾਂਗੇ ਕਿਸੇ ਹੋਰ ਸਿਤਾਰੇ ਨੂੰ, ਜਿਸ ਦੇ ਨਾਲ ਕਰਾਂਗੇ ਅਸੀਂ ਢੇਰ ਸਾਰੀਆਂ ਗੱਲਾਂ ਅਤੇ ਬਹੁਤ ਸਾਰੀ ਮਸਤੀ। ਉਦੋਂ ਤੱਕ ਲਈ ਤੁਸੀਂ ਆਪਦਾ ਖਿਆਲ ਰੱਖੋ, ਖੁਸ਼ ਰਹੋ ਅਤੇ ਬਸ ਜੀ ਸਟੇ ਟਿਊਨਡ ਔਨ PTC ਪੰਜਾਬੀ, ਕਿਉਂਕਿ ਇੱਥੇ ਹੈ ਜੀ ਐਂਟਰਟੇਨਮੈਂਟ ਦੀ ਫੁੱਲ ਡੋਜ਼। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।